ਸੋ ਸਤਿਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀਉਂ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੈ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਸਲੋਕ ਮਹੱਲਾ ਪਹਿਲਾ ਸੁਣੀਐ ਏਕ ਵਖਾਣੀਐ ਸੁਰਗ ਮਿਰਤ ਪਿਆਲ ਹੁਕਮ ਨ ਜਾਈ ਮੇਟਿਆ ਜੋ ਲਿਖਿਆ ਸੋ ਨਾਲ ਕੌਣ ਮੁਆ ਕੌਣ ਮਾਰਸੀ ਕੌਣ ਆਵੇ ਕੌਣ ਜਾਏ ਕੌਣ ਰਹਿਸੀ ਨਾਨਕਾ ਕਿਸ ਕੀ ਸੁਰਤ ਸਮਾਏ ਮਹੱਲਾ ਪਹਿਲਾ ਹਾਂ ਮੋਆ ਮੈਂ ਮਾਰਿਆ ਪੌਣ ਵਹਿ ਦਰੀਆ ਤ੍ਰਿਸ਼ਨਾ ਥਕੀ ਨਾਨਕਾ ਜਾਂ ਮਨ ਰਤਾ ਨਾਏ ਲੋਇਨ ਰਤੇ ਲੋਇਣੀ ਕੰਨੀ ਸੁਰਤ ਸਮਾਏ ਜੀਬ ਰਸਾਇਨ ਚੂਨੜੀ ਰਤੀ ਲਾਲ ਲਵਾਏ ਅੰਦਰ ਮੁਸ਼ਕ ਚ ਘੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਯੁਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੈ ਇਹ ਅਖੁੱਟ ਕਦੇ ਨਾਨਖੁੱਟ
ਖਾਏ ਖਰਚਿਓ ਪੱਲੈ ਹਰ ਜਨ ਨੇੜ ਨ ਆਵੈ ਜਮ ਕੰਕਰ ਜਮ ਕੱਲੈ ਸੇ ਸ਼ਾਹ ਸਚੇਵਣ ਜਾਰਿਆ ਜਿਨ ਹਰ ਧਨ ਪੱਲੈ ਹਰ ਕਿਰਪਾ ਤੇ ਹਰ ਪਾਈਐ ਜਾਂ ਆਪ ਹਰ ਕੱਲੈ ਹਰ ਕਿਰਪਾ ਤੇ ਹਰ ਪਾਈਐ ਜਾਂ ਆਪ ਹਰ ਕੱਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਇਹ ਸ਼ਲਾਘਾਯੋਗ ਫੈਸਲਾ ਲਿਆ ਹੈ ਕਿ ਕੀਰਤਨ ਦੇ ਸਮੇਂ ਕੀਰਤਨ ਕਰਨ ਵਾਲਾ ਕੋਈ ਵੀ ਵੀਰ ਹਾਰਮੋਨੀਅਮ ਦੇ ਉੱਪਰ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰੇਗਾ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਹੈ, ਹਰਿਮੰਦਰ ਸਾਹਿਬ ਦੇ ਵਿੱਚ ਪਹਿਲਾਂ ਹੀ ਇਹ ਲਾਗੂ ਹੈ ਔਰ ਦਿੱਲੀ ਕਮੇਟੀ ਨੇ ਫੈਸਲਾ ਲਿਆ ਹੈ ਕਿ ਮੋਬਾਈਲ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਗੁਰੂ ਕੇ ਕੀਰਤਨੀਆਂ ਦੀ ਅਮੀਰੀ ਵਧੇਗੀ ਕਿਉਂਕਿ ਬਾਣੀ ਕੰਠ ਹੋਏਗੀ। ਇਹ ਖਜ਼ਾਨਾ ਹੁੰਦਾ ਸੀ ਸਾਡੇ ਬਜ਼ੁਰਗ ਗੁਰੂ ਕੇ ਕੀਰਤਨੀਆਂ ਦਾ ਕਿ ਉਹਨਾਂ ਨੂੰ ਇੰਨੀ ਬਾਣੀ ਇੰਨੇ ਸ਼ਬਦ ਜ਼ਬਾਨੀ ਯਾਦ ਨੇ, ਪਰ ਇਹ ਬਹੁਤ ਸਸਤਾ ਉਦੋਂ ਹੋ ਗਿਆ ਕਿ ਜਦੋਂ ਕੇਵਲ ਦੋ ਚਾਰ ਟਿਊਨਾਂ ਕੱਢਣ ਵਾਲੇ ਸੱਜਣ ਬੰਗਲਾ ਸਾਹਿਬ ਦਰਬਾਰ ਸਾਹਿਬ ਪਹੁੰਚਣੇ ਸ਼ੁਰੂ ਹੋ ਗਏ ਵੀ ਸਾਨੂੰ ਵੀ ਕੀਰਤਨ ਦਾ ਸਮਾਂ ਦਿਓ। ਬਾਣੀ ਪੜ੍ਹਨ ਨਾਲ, ਬਾਣੀ ਕੰਠ ਕਰਨ ਨਾਲ, ਅਭਿਆਸ ਕਰਨ ਨਾਲ ਜਿੱਥੇ ਜੀਵਨ ਦੀ ਉਨਤੀ ਉਸਾਰੀ ਹੁੰਦੀ ਹੈ ਉੱਥੇ ਇਸ ਕੀਰਤਨ ਦਾ ਰਸ ਜਿਹੜਾ ਹੈ ਉਹ ਵੀ ਵੱਧ ਹੈ, ਕਿਉਂਕਿ ਗਾਉਣ ਵਾਲੇ ਦਾ ਜੀਵਨ ਜਿਹੜਾ ਹੈ ਉਹ ਗੁਰਬਾਣੀ ਦੇ ਗਾਇਨ ਵਿੱਚ ਬਹੁਤ ਵੱਡੇ ਅਰਥ ਰੱਖਦਾ ਹੈ। ਸੋ ਦੇਸ਼ਾਂ ਵਿਦੇਸ਼ਾਂ ਦੀਆਂ ਸਿੰਘ ਸਭਾਵਾਂ ਨੂੰ ਵੀ ਬੇਨਤੀ ਹੈ ਭਾਈ ਕਿ ਆਪਾਂ ਚੇਤ ਅਚੇਤ ਸਾਨੂੰ ਲੱਗਦਾ ਕਿ ਅਸੀਂ ਰਿਸਪੈਕਟ ਕਰਦੇ ਹਾਂ, ਸਤਿਕਾਰ ਕਰਦੇ ਹਾਂ ਗੁਰੂ ਕੇ ਕੀਰਤਨ ਕਰਨ ਵਾਲਿਆਂ ਦਾ, ਪਰ ਗਰੀਬੀ ਇਤਨੀ ਆ ਗਈ ਕਿ ਚਾਰ ਲਾਵਾਂ ਦਾ ਕੀਰਤਨ ਵੀ ਹੁਣ ਬਿਨਾਂ ਮੋਬਾਈਲ ਤੋਂ ਨਹੀਂ ਹੋ ਸਕਦਾ ਕਿਉਂਕਿ ਬਾਣੀ ਕੰਠ ਹੀ ਨਹੀਂ ਹੈ। ਇਹ ਨਾ ਹੋਵੇ ਕਿ ਆਨੰਦ ਸਾਹਿਬ ਦਾ 6 ਪੌੜੀਆਂ ਦਾ ਕੀਰਤਨ ਵੀ ਹਾਰਮੋਨੀਅਮ 'ਤੇ ਹੋਵੇ, ਉਹ ਵੀ ਮੋਬਾਈਲ ਰੱਖਣਾ ਪਵੇ। ਸੋ ਆਪਾਂ ਸਾਰੇ ਰਲ ਮਿਲ ਕੇ ਆਪਾਂ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਨਾਹੋਂ ਜਤੀ ਸਤੀ ਨਹੀਂ ਪੜ੍ਹਿਆ ਮੂਰਖ ਮੁਗਧਾ ਜਨਮ ਪਹਿਆ ਨਾ ਹੋ ਜਤੀ ਸਤੀ ਨਹੀਂ ਪੜ੍ਹਿਆ
मूरख मुग्धा जन्म पहया प्राणवत नानक तिन की शरणा जिन तू नाही विसरिया। प्राणवत नानक तिन की शरणा जिन तू नाही विसरिया। शब्दावतार बाणी दे बोहित जुगो जुग अटल परम सन्मान योग परम सत्कार योग चवर छत्र तखत के मालिक तहन तहन साहिब गुरु ग्रंथ साहिब जी दी पावन हजूरी तो महान सतगुरु अठवें पातशाह अष्टम बलबीरा बाला प्रीतम साहिब गुरु हरकृष्ण साहिब जी दे पावन पवित्र इतिहासक स्थान गुरद्वारा बंगला साहिब तो गुरु की कथा सुन रही सन्मान योग सात संगत जीओ गुरु की बख्शी फतेह बुलाओ। वाहिगुरु जी का खालसा वाहिगुरु जी की फतेह। सतगुरु जी ने महान कृपा करके आज जो सानू शब्द बख्शिश कीता है उस दे विच सानू एक हुक्म होया है कि तुसी हुक्म दी विचार करो। नाम नू समझो ते नाम तो जो गुण प्राप्त हुंदे ने उनू अपने जीवन दे विच समझ के उतार लो कमा लो। हुक्म नू समझना ही बहुत औखा है। मालक वाहिगुरु जी दे हुक्म दी जे गल करो ते अक्सर बंदा कन्फ्यूज हो जाता है भुलेखे च पै जाता है जे सब कुछ ओदे हुक्म विच हो रहा है। हुक्म है अंदर सब को बाहर हुक्म ना कोए। जे ओदे हुक्म तो बाहर कुछ है ही नहीं ते मैं जो कुछ कर रहा ओदे हुक्म विच ही कर रहा। जै मैं किसी का कतल कर रहा मैं थोड़ा किया है ओदे हुक्म विच होया है। जे मैं कोई चोरी कीती है मैं थोड़ा कीती है ओही करवा रहा है। फिर आम ये दलील दे दित्ती जांदी है करया करावै आपै आप मानुख कह किछ नाहीं हाथ। बस इस हुक्म दी खेड नूं गुरबाणी दे आसरे ते असी समझना है। कृपा सतगुरु साहिब गुरु ग्रंथ साहिब जी ने आप करनी है असीस आप गुरु की संगत ने देनी है ताकि ये विचार हो जावे ये विचार साढ़े हिरदे च वस जावे। जतन एक जरूर करिया करो असी मैडिटेशन करना है ध्यान विच बैठना है सुरत टिकाउनी है असी किते भी कर सकते हैं। सिमरन करना पुछण दी लोड़ थोड़ा है घर किते भी एकांत च बैठ जाओ। पर जद गुरद्वारे आए हो उदों गुरु दी गल नू सुनो। नितनेम तुसी घर भी कर सकते हो पर साड़ी जिद हुंदी है गुटका लैके बैठना है मता किते नितनेम बंगला साहब सीसगंज साहब बैठ के ही करांगे तां ही प्रवान होवेगा ऐसा ते नहीं है। नितनेम ते तुसी किते भी कर सकते हो पर गुरद्वारे पहुंचियो कितना चंगा होवे नितनेम नू समझो। नितनेम कह की रहा है हुक्म नू समझो हुक्म की है मालक वाहिगुरु जी दा। हुणे मोबाइल फोन दी गल चल रही सी वाकिच ये जो साधन ने
ਇਹਨਾਂ ਦਾ ਲਾਭ ਵੀ ਹੈ ਤੇ ਨੁਕਸਾਨ ਵੀ ਬੜਾ ਹੈ। ਅੱਜ ਬੰਦੇ ਦਾ ਜਿਤਨਾ ਵਕਤ ਸਮਾਂ ਇਹਦੇ ਉੱਤੇ ਵਿਅਰਥ ਜਾ ਰਿਹਾ ਹੈ ਉਤਨਾ ਕਦੀ ਵੀ ਨਹੀਂ ਸੀ ਗਿਆ। ਦਾਸ ਨੇ ਦਰਬਾਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਹਾਲ ਤੋਂ ਵੀ ਬੇਨਤੀ ਕੀਤੀ ਸੀ ਕਿ ਅਸੀਂ ਹੁਕਮ ਨੂੰ ਖੇਡ ਸਮਝ ਲਿਆ ਹੈ, ਹੁਕਮਨਾਮਾ, ਕਿਉਂਕਿ ਮੋਬਾਈਲ ਜੋ ਹੈ ਕੁਛ ਤਾਂ ਕਰਨਾ ਹੈ ਅਤੇ ਕੁਝ ਕਰਨਾ ਹੈ ਅਤੇ ਇਹੀ ਕਰੋ। ਹੁਕਮਨਾਮਾ ਬੰਗਲਾ ਸਾਹਿਬ ਦਾ, ਸੀਸਗੰਜ ਸਾਹਿਬ ਦਾ, ਦਰਬਾਰ ਸਾਹਿਬ ਦਾ, ਪੰਜਾ ਸਾਹਿਬ, ਨਨਕਾਣਾ ਸਾਹਿਬ, ਮਹੱਲੇ ਦੇ ਗੁਰਦੁਆਰੇ ਦਾ, ਬਸ ਇਹ ਭੇਜੀ ਜਾਓ ਅੱਗੇ। ਅਸੀਂ ਥੋੜ੍ਹਾ ਮੰਨਣਾ ਹੈ, ਅਸੀਂ ਥੋੜ੍ਹਾ ਸਮਝਣਾ, ਸਾਡੇ ਲਈ ਨਹੀਂ ਆਇਆ ਇਹ, ਅੱਗੇ ਭੇਜਣ ਲਈ ਆਇਆ। ਅਗਲਾ ਵੀ ਕੀ ਕਰੇ, 10-20-50 ਹੁਕਮ ਪਹੁੰਚ ਗਏ, ਕਨਫਿਊਜ਼ ਹੋ ਗਿਆ ਕਿਹੜਾ ਮੰਨਾਂ, ਬੰਗਲਾ ਸਾਹਿਬ ਦਾ ਮੰਨਾਂ, ਸੀਸਗੰਜ ਸਾਹਿਬ ਦਾ ਮੰਨਾਂ, ਦਰਬਾਰ ਸਾਹਿਬ ਦਾ ਮੰਨਾਂ, ਨਨਕਾਣਾ ਸਾਹਿਬ ਦਾ ਮੰਨਾਂ, ਪੰਜਾ ਸਾਹਿਬ ਦਾ ਮੰਨਾਂ। ਹੁਣ ਗੁਰਦੁਆਰੇ ਨਜ਼ਰ ਆ ਗਏ, ਗੁਰੂ ਭੁੱਲ ਗਿਆ। ਅਸੀਂ ਇਹ ਭੁੱਲ ਗਏ ਕਿ ਗੁਰੂ ਤੇ ਇੱਕੋ ਹੀ ਹੈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹਰ ਜਗ੍ਹਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਹੁਕਮ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਹੈ। ਭਲਿਆ ਤੂੰ ਅੱਗੇ ਭੇਜਣ ਦੀ ਬਜਾਏ ਘੱਟੋ ਘੱਟ ਪਹਿਲਾਂ ਆਪ ਮੰਨ ਲੈਂਦਾ, ਇੱਕ ਹੁਕਮ ਨੂੰ ਹੀ ਪੜ੍ਹ ਕੇ ਉਹਨੂੰ ਸਮਝ ਕੇ ਜੀਵਨ ਵਿੱਚ ਕਮਾ ਲੈਂਦਾ। ਗੁਰਦੁਆਰੇ ਆਇਆ ਸੀ, ਹੁਕਮ ਨੂੰ ਵੀ ਇੱਕ ਗੀਤ ਵਾਂਗ ਸੁਣਿਆ। ਜੇ ਕਿਸੇ ਨੇ ਹੁਕਮਨਾਮਾ ਲੈਂਦਿਆਂ ਜ਼ਿਆਦਾ ਲਮਕਾ ਕੇ ਪੜ੍ਹਿਆ, ਅਲਾਪ ਲਏ, ਆਵਾਜ਼ ਉਹਦੀ ਸੁਰੀਲੀ, ਬਸ ਵਾਹ ਜੀ ਹੁਕਮਨਾਮਾ ਕਮਾਲ ਦਾ ਲਿਆ ਉਹਨੇ ਤੇ ਲੈ ਲਿਆ। ਤੈਨੂੰ ਮਿਲਿਆ ਕਿ ਨਹੀਂ ਮਿਲਿਆ, ਤੇਰੇ ਹਿੱਸੇ ਕੀ ਆਇਆ, ਤੇਰੇ ਹਿੱਸੇ ਸਿਰਫ ਉਸਦੀ ਆਵਾਜ਼ ਆਈ। ਦਾਸ ਨੇ ਬੇਨਤੀ ਕੀਤੀ ਸੀ ਬਾਣੀ ਨੂੰ ਨਿਤਨੇਮ ਦੇ ਰੂਪ ਵਿੱਚ ਪੜ੍ਹਿਆ ਜਾਂਦਾ ਹੈ, ਕੀਰਤਨ ਦੇ ਰੂਪ ਵਿੱਚ ਗਾਇਆ ਜਾਂਦਾ ਹੈ ਅਤੇ ਕਥਾ ਦੇ ਰੂਪ ਵਿੱਚ ਵਿਚਾਰਿਆ ਜਾਂਦਾ ਹੈ, ਹੁਕਮ ਦੇ ਰੂਪ ਵਿੱਚ ਪੜ੍ਹਿਆ ਜਾਂਦਾ ਹੈ, ਗਾਇਆ ਨਹੀਂ ਜਾਂਦਾ, ਹੁਕਮ ਦੇ ਰੂਪ ਵਿੱਚ ਪੜ੍ਹਿਆ ਜਾਂਦਾ ਹੈ। ਬਸ ਜਦ ਹੁਕਮ ਨੂੰ ਵੀ ਅਸੀਂ ਬਹੁਤਾ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਉਦੋਂ ਹੀ ਹੁਕਮ ਦੇ ਅਰਥ ਗੁਆਚ ਗਏ ਸਾਡੇ ਤੋਂ। ਹੁਣ ਅਸੀਂ ਜ਼ਿੰਮੇਦਾਰੀ ਇਹ ਸਮਝ ਲਈ ਕਿ ਠੀਕ ਹੈ ਜੀ ਅੱਗੇ ਤੋਂ ਅੱਗੇ ਹੁਕਮਨਾਮੇ ਭੇਜੇ ਜਾਓ, ਨਹੀਂ ਇਹ ਹੁਕਮ ਦੀ ਨਿਰਾਦਰੀ ਹੈ। ਘੱਟੋ ਘੱਟ ਦਾਸ ਤੇ ਸੋਚਦਾ ਜਦ 10 ਹੁਕਮਨਾਮੇ ਆ ਗਏ, ਪੜ੍ਹ ਨਹੀਂ ਸਕਿਆ, ਬਿਨਾਂ ਪੜ੍ਹਿਆ ਉਹਨੂੰ ਡਿਲੀਟ ਕਰ ਰਿਹਾ, ਇਹਦਾ ਮਤਲਬ ਮੈਂ ਕਹਿ ਰਿਹਾ ਤੇਰਾ ਹੁਕਮ ਮੈਨੂੰ ਪ੍ਰਵਾਨ ਨਹੀਂ ਹੈ, ਕਿਉਂ ਭੇਜਿਆ ਜਾਵੇ। ਉਹਦੀ ਬਜਾਏ ਤੁਸੀਂ ਬੇਸ਼ੱਕ ਬਾਣੀ ਦੀ ਵਿਚਾਰ ਭੇਜੋ, ਗੁਰੂ ਦੇ ਉਪਦੇਸ਼ ਦੇ ਰੂਪ ਵਿੱਚ ਬੇਸ਼ੱਕ ਭੇਜੋ, ਜੇ ਚੰਗੇ ਸਾਧਨ ਨੇ ਉਹਨੂੰ ਵਰਤੋ, ਪਰ ਐਸਾ ਵੀ ਨਾ ਹੋਵੇ ਕਿ ਵਾਕਿਚ ਅਸੀਂ ਮੋਬਾਈਲ ਦੇ ਆਧਾਰ 'ਤੇ ਹੀ ਬਾਣੀ ਨੂੰ ਹੀ ਭੁੱਲ ਜਾਈਏ, ਬਾਣੀ ਕੰਠ ਕਰਨੀ ਹੀ ਛੱਡ ਦਈਏ। ਕੋਈ ਸਮਾਂ ਹੁੰਦਾ ਸੀ ਕਿ ਵਾਕਿਚ ਰਾਗੀ ਸਿੰਘ 900-1000 ਸ਼ਬਦ ਕੰਠ ਕਰਕੇ ਰੱਖਦੇ ਸਨ, ਅਚਾਨਕ ਸੰਗਤ ਵਿੱਚੋਂ ਕਿਸੇ ਨੇ ਕਿਹਾ ਕਿ ਸ਼ਬਦ ਸੁਣਾਓ, ਉਹਨਾਂ ਨੂੰ ਲੋੜ ਨਹੀਂ ਸੀ ਪੈਂਦੀ। ਗੁਰੂ ਕਿਰਪਾ ਕਰੇ, ਅੱਜ ਜੋ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਉਹਦੇ 'ਚ ਹੁਕਮ ਦੀ ਗੱਲ ਹੈ, ਨਾਮ ਦੀ ਗੱਲ ਹੈ ਅਤੇ ਗੁਣ ਦੀ ਗੱਲ ਹੈ, ਆਪਾਂ ਇਹਨੂੰ ਸਮਝਾਂਗੇ। ਕਰੋ ਕਿਰਪਾ, ਮਨ ਜੇ ਕਿਤੇ ਭਟਕ ਰਿਹਾ ਹੈ ਮਨ ਨੂੰ ਆਵਾਜ਼ ਮਾਰੋ, ਮਨ ਪਰਦੇਸੀ ਵੇ ਪਿਆਰੇ ਆਓ ਘਰੇ ਅਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਸਲੋਕ ਮਹੱਲਾ ਪਹਿਲਾ। ਮਹੱਲਾ ਪਹਿਲਾ, ਪਹਿਲੇ ਗੁਰੂ, ਗੁਰੂ ਭਾਵੇਂ ਇੱਕੋ ਹੀ ਹੈ, ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ। 10 ਸਰੀਰ ਹੋਏ ਨੇ, ਗੁਰੂ ਇੱਕੋ ਹੀ, ਪਰ ਸਰੀਰ ਮਹਿਲ ਦਾ ਜ਼ਿਕਰ ਇੱਥੇ ਕੀਤਾ ਗਿਆ ਹੈ ਵੀ ਪਹਿਲਾ ਸਰੀਰ ਮਹਿਲ, ਸਰੀਰ ਘਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਬਾਣੀ ਉਚਾਰਨ ਕੀਤੀ।
ਕੀ ਕਹਿੰਦੇ ਨੇ ਸਤਿਗੁਰੂ, ਸੁਣੀਏ ਏਕ ਵਖਾਣੀ ਹੈ। ਕਹਿੰਦੇ ਸੁਣੋ ਪਹਿਲਾਂ ਇੱਕ ਨੂੰ, ਅਸੀਂ ਸੁਣਨਾ ਹੀ ਨਹੀਂ ਚਾਹੁੰਦੇ, ਅਸੀਂ ਬਿਨਾਂ ਸੁਣਿਆ ਹੀ ਸੋਚਦੇ ਹਾਂ ਕਿ ਰੱਬ ਦੇ ਦਰ ਤੱਕ ਪਹੁੰਚ ਜਾਈਏ, ਜੇ ਰਾਹ ਨੂੰ ਸਮਝਾਂਗੇ ਹੀ ਨਹੀਂ ਤੇ ਤੁਰਾਂਗੇ ਕਿਸ ਤਰ੍ਹਾਂ। ਪਹਿਲਾਂ ਉਹਦੇ ਬਾਰੇ ਸੁਣਾਂਗੇ ਤਾਂ ਸਾਡੇ ਅੰਦਰ ਸ਼ਰਧਾ ਪੈਦਾ ਹੋਵੇਗੀ, ਉਹਦੇ ਪ੍ਰਤੀ ਸਤਿਕਾਰ ਪੈਦਾ ਹੋਵੇਗਾ, ਫਿਰ ਉਹਦੇ ਗੁਣਾਂ ਨੂੰ ਵਖਾਣਾਂਗੇ। ਸੁਣੀਏ ਏਕ ਵਖਾਣੀ ਹੈ, ਫਿਰ ਉਹਦੀ ਵਿਚਾਰ ਕਰੋ ਤੇ ਸਮਝ ਆਵੇ ਸੁਰਗ ਮਿਰਤ ਪਿਆਲ। ਉਹ ਮਾਲਕ ਵਾਹਿਗੁਰੂ ਹਰ ਜਗ੍ਹਾ ਮੌਜੂਦ ਹੈ, ਆਕਾਸ਼ 'ਚ, ਧਰਤੀ 'ਚ, ਪਾਤਾਲ ਵਿੱਚ, ਤਿੰਨਾਂ ਲੋਕਾਂ ਦੇ ਵਿੱਚ ਉਹਦਾ ਹੁਕਮ ਵਰਤ ਰਿਹਾ ਹੈ। ਉਹ ਹੁਕਮ ਦੀ ਖੇਡ ਅੱਗੇ ਕਈ ਸਤਿਗੁਰੂ ਜੀ ਨੇ, ਹੁਕਮ ਨਾ ਜਾਈ ਮੇਟਿਆ, ਜੋ ਲਿਖਿਆ ਸੋ ਨਾਲ। ਬਸ ਇਸ ਹੁਕਮ ਨੂੰ ਸਮਝਣਾ ਹੈ ਥੋੜ੍ਹਾ, ਕੀ ਹੈ ਹੁਕਮ ਜੋ ਸਦਾ ਹੀ ਨਾਲ ਚੱਲਦਾ ਹੈ, ਜਿਸ ਹੁਕਮ ਨੂੰ ਕੋਈ ਮੇਟ ਨਹੀਂ ਸਕਦਾ, ਉਹ ਹੁਕਮ ਹੀ ਬਹੁਤ ਵੱਡਾ ਹੈ, ਉਹਦਾ ਹੁਕਮ ਵੀ ਬਹੁਤ ਵੱਡਾ ਹੈ, ਉਹਨੂੰ ਕੋਈ ਮੇਟ ਨਹੀਂ ਸਕਦਾ। ਉਹਦਾ ਹੁਕਮ ਕਿਹੋ ਜਿਹਾ, ਜੇ ਹੁਕਮ ਨੂੰ ਸਮਝੀਏ ਭੁਲੇਖਾ ਨਾ ਪਵੇ। ਕਹਿੰਦੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਉਹਦੇ ਹੁਕਮ ਦੇ ਕਰਕੇ ਪੂਰਾ ਆਕਾਰ ਬਣਿਆ ਹੈ, ਉਹ ਨਿਰ ਆਕਾਰ ਹੈ, ਨਿਰੰਕਾਰ ਹੈ। ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ, ਉਹ ਪੂਰੇ ਜਗਤ ਨੂੰ ਬਣਾ ਕੇ ਵਿੱਚ ਵਰਤ ਰਿਹਾ ਹੈ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਨਿਰਾਕਾਰ ਹੈ ਪਰ ਉਹਨੇ ਆਕਾਰ ਬਣਾ ਦਿੱਤਾ ਹੈ। ਹੁਣ ਜੇ ਹੁਕਮ ਨੂੰ ਸਮਝਣਾ ਹੈ ਤੇ ਨਿਰਆਕਾਰ ਤੇ ਆਕਾਰ ਨੂੰ ਸਮਝਣਾ ਪਏਗਾ। ਨਿਰਆਕਾਰ ਤੇ ਕੋਈ ਹੁਕਮ ਲਾਗੂ ਨਹੀਂ ਹੁੰਦਾ, ਆਕਾਰ ਤੇ ਸਾਰਾ ਹੁਕਮ ਲਾਗੂ ਹੋ ਰਿਹਾ ਹੈ। ਆਕਾਰ ਤੇ ਕਿਉਂ ਹੁਕਮ ਲਾਗੂ ਹੈ? ਇਸ ਕਰਕੇ ਹੈ ਕਿ ਆਕਾਰ ਨਿਤ ਬਦਲਦਾ ਹੈ। ਜੋ ਬਚਨ ਨੇ, ਹੁਕਮੀ ਹੋਮਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਆ। ਹੁਣ ਭੁਲੇਖਾ ਪੈ ਜਾਵੇਗਾ, ਬੰਦਾ ਕਹੇਗਾ ਜੇ ਉਹਦੇ ਹੁਕਮ ਵਿੱਚ ਜੀਵ ਪੈਦਾ ਹੋਏ ਨੇ, ਹੁਕਮ ਮਿਲੈ ਵਡਿਆਈ, ਤੇ ਜੇ ਉਹਦੇ ਹੁਕਮ ਦੇ ਕਰਕੇ ਕਿਸੇ ਨੂੰ ਵਡਿਆਈ ਮਿਲ ਰਹੀ ਹੈ, ਹੁਕਮ ਲਿਖ ਦੁੱਖ ਸੁੱਖ ਪਾਈਆ। ਉਸ ਤੋਂ ਪਹਿਲਾਂ ਕਿਹਾ ਹੁਕਮੀ ਉੱਤਮ ਨੀਚ, ਉਹਦੇ ਹੁਕਮ ਦੇ ਵਿੱਚ ਕੋਈ ਉੱਤਮ ਹੈ, ਉਹਦੇ ਹੁਕਮ ਦੇ ਵਿੱਚ ਕੋਈ ਨੀਚ ਹੈ, ਉਹਦੇ ਹੁਕਮ ਦੇ ਵਿੱਚ ਕੋਈ ਦੁੱਖ ਪਾ ਰਿਹਾ ਸੁੱਖ ਪਾ ਰਿਹਾ, ਤੇ ਫਿਰ ਬੰਦੇ ਦਾ ਕੀ ਦੋਸ਼ ਹੈ? ਨਹੀਂ, ਹੁਕਮ ਨੂੰ ਸਮਝਣਾ ਪੈਣਾ ਹੈ। ਇਹਦਾ ਮਤਲਬ ਦੋਸ਼ੀ ਅਸੀਂ ਵਾਹਿਗੁਰੂ ਨੂੰ ਬਣਾ ਦਿਆਂਗੇ ਵੀ ਉਹਦੇ ਕਰਕੇ ਮੈਨੂੰ ਦੁੱਖ ਮਿਲ ਰਿਹਾ, ਉਹਦੇ ਕਰਕੇ ਸੁੱਖ ਮਿਲ ਰਿਹਾ। ਨਹੀਂ, ਉਹ ਤੇ ਨਿਰਵੈਰ ਹੈ, ਉਹ ਕਿਸੇ ਨਾਲ ਵੈਰ ਨਹੀਂ ਰੱਖਦਾ। ਇੱਕ ਕਾਤਲ ਨੇ ਕਤਲ ਕਰ ਦਿੱਤਾ, ਹੁਣ ਜੋ ਕਾਤਲ ਜਿਹਨੇ ਕਤਲ ਕੀਤਾ ਉਹ ਵੀ ਆ ਕੇ ਗੁਰਦੁਆਰੇ ਅਰਦਾਸਾਂ ਕਰ ਰਿਹਾ ਹੈ ਕਿ ਮਾਲਕ ਵਾਹਿਗੁਰੂ ਮੈਨੂੰ ਹੁਣ ਬਚਾ, ਤੇ ਜਿਹਨਾਂ ਦਾ ਕਤਲ ਹੋਇਆ ਹੈ ਉਹ ਪਰਿਵਾਰ ਵੀ ਆ ਕੇ ਅਰਦਾਸਾਂ ਕਰ ਰਿਹਾ ਕਿ ਸਾਨੂੰ ਨਿਆਂ ਮਿਲੇ। ਹੁਣ ਮਾਲਕ ਵਾਹਿਗੁਰੂ ਤੇ ਨਿਰਵੈਰ ਹੈ, ਉਹਦਾ ਹੁਕਮ ਅਟਲ ਹੈ, ਉਹਦਾ ਨਿਆਂ ਵੀ ਅਟਲ ਹੈ। ਉਹਦਾ ਹੁਕਮ ਕੀ ਹੈ? ਉਹਨੇ ਹੁਕਮ ਦੇ ਵਿੱਚ ਆਪਣੇ ਨਿਯਮ ਬਣਾ ਦਿੱਤੇ ਨੇ, ਜਿਸ ਤਰ੍ਹਾਂ ਦੁਨਿਆਵੀ ਬੰਦੇ ਕਾਨੂੰਨ ਬਣਾਉਂਦੇ ਨੇ, ਪਰ ਦੁਨਿਆਵੀ ਤੌਰ 'ਤੇ ਕਾਨੂੰਨ ਬਦਲਦੇ ਰਹਿੰਦੇ ਨੇ, ਪਰ ਉਹਦਾ ਉਹ ਨਿਯਮ, ਉਹਦਾ ਕਾਨੂੰਨ ਕਦੀ ਵੀ ਨਹੀਂ ਬਦਲਦਾ। ਉਹਦਾ ਨਿਯਮ ਬਹੁਤ ਸੱਚਾ ਹੈ। ਇਸ ਗੱਲ ਨੂੰ ਥੋੜ੍ਹਾ ਜਿਹਾ ਨਾ ਡੂੰਘੇ ਤੌਰ 'ਤੇ ਪਕੜਨਾ ਪਏਗਾ, ਜੇ ਥੋੜ੍ਹਾ ਵੀ ਧਿਆਨ ਭਟਕਿਆ ਤੇ ਫਿਰ ਗੱਲ ਰਹਿ ਜਾਵੇਗੀ। ਹੁਕਮ ਕੀ ਹੈ? ਇੱਥੋਂ ਗੱਲ ਆਰੰਭ ਕਰੀਏ। ਹਮਰੀ ਜਿਹਵਾ ਏਕ ਪ੍ਰਭ, ਹਰ ਕੇ ਗੁਣ ਅਗਮ ਅਥਾਹ, ਹਮ ਕਿਉਂ ਕਰ ਜਪਹਿ ਇਆਣਿਆ, ਹਰ ਤੁਮ ਵੱਡ ਅਗਮ ਅਗਾਹ। ਕਹਿੰਦੇ ਮਾਲਕ ਵਾਹਿਗੁਰੂ ਤੇਰੇ ਗੁਣ ਬੇਅੰਤ ਨੇ, ਮੇਰੀ ਜਿਹਵਾ ਇੱਕ ਹੈ, ਮੈਂ ਤੇਰੇ ਗੁਣ ਕਿਸ ਤਰ੍ਹਾਂ ਬਿਆਨ ਕਰ ਸਕਦਾ?
क्योंकि आपने गल करनी हुक्म दी, ते हुक्म की है? एको नाम हुक्म है, नानक सतगुर दिया बुझाए जियो। एको नाम, कहिंदे नाम ही हुक्म है उहदा। हुण नाम गुण नाल जुड़िया है, ते नाम हुक्म नाल जुड़िया है, तीनों गल्लां जुड़ियां होईयां ने। गुण बयान नहीं किते जा सकते क्योंकि उहदा नाम भी गुणवाचक है, हर एक गुण के अनुसार उहनूं नाम दिता गया है। यह गल ते तुसीं हमेशा ही सुणदे हो कि उहदे च गुण है, उह सृष्टि च रमिया होया उहनूं राम कहा, उहदे च गुण है उह रहम करदा है उहनूं रहीम कह दिता, उहदे च गुण है उह दाता वंडदा है उहनूं दाता कह दिता। इउं ही सारे नाम उहदे गुणवाचक ने, उहदी बनाई कुदरत नूं वेख के वाह निकल गई, उहनूं वाहिगुरु कह दिता। पर गुण एक थोड़ा है, इसे करके नाम भी एक नहीं। इतने गुण ने उहदे कि गुण बयान नहीं किते जा सकते, ते फिर नाम भी इतने हो गए। हिंदू भरावां दे च पता नहीं कितने नाम ने रब दे, मुसलमान भरावां दे च कितने नाम ने, खुदा अल्लाह रहीम करीम, जो कर्म करता है बख्शिश करता उन्हों करीम कह दिता। इउं हर एक जाति हर एक धर्म वर्ण दे विच उहदे नाम वख वख ने, जिहो जिहा गुण उहदे विच वेख्या उहो जिहा उहनूं नाम मिल गया, भाव कि गुण भी बेअंत ते नाम भी बेअंत। हुण नाम भी बेअंत ते उहदा हुक्म भी बेअंत। एको नाम हुक्म है, नानक सतगुर दिया बुझाए जियो। बुझा दिता, समझा दिता सतगुरु ने। बुझना की है? कोई बुझारत पई हो उन्हों ही ते बुझना है ना। हुण यही गुंजल पई हुई है, असी कन्फ्यूज हाँ कि हुक्म की है। ते इस गल नूं समझाउंदा है गुरु, कहिंदे बेशक सारा कुछ उहदे हुक्म विच हो रहा है, उहदे हुक्म तो बाहर कुछ नहीं है, सारा आकार उहदे हुक्म विच है। यह जग सच्चे की है कोठड़ी, सच्चे का विच वास, एक ना हुक्म समाए लै, एक ना हुक्मै करै विनास, एक ना भाणै कढ लै, एक ना माया विच निवास। हुण बंदा कहेगा उहदे हुक्म विच ही ते हो रहा है, उहदे हुक्म विच किसे दा माया दे विच वास है, उहदे हुक्म विच किसे दा विनाश हो रहा है, उह हुक्म अनुसार ही किसे नूं इस माया विचों या विनाश होण विचों कढ लैंदा है। नहीं, ऐसी गल नहीं, हुक्म उहदा ही है, पर उहने एक नियम बना दिता कि मेरा हुक्म अटल है, उहदे च जो पाप करेगा वह पापी है, जो पुन करेगा वह पुनी है। पापी नूं सजा जरूर मिलेगी ते पुनी नूं वड्याई जरूर मिलेगी। हां, एक गल याद रख कि तू जान के पापी बन के दोष वाहिगुरु उत्ते नहीं दे सकदा, क्योंकि तू बदल सकदा है, तैनू समझ दित्ती है। तुसी वेखो एक अत दा पापी होवे जिन्हें कदी किसी नूं सुख ना दित्ते होण, लखां ही ऐब होण उहदे विच, पर चंगी संगत मिल गई, चंगी संगत मिली, वह पापी तो पुनी बन गया। हुण जे पुनी बन गया ते हुण वह पापियां वाली सजा नहीं प्राप्त करेगा। पापी कर्म कमाऊं दे कर दे हाए हाए, जो मथन माधाणिया त्यों मथै धर्म राए, उस पासे नहीं जाएगा क्योंकि हुण पुनी हो गया। हुण ऐसा होया है वाल्मीक वर्गे, या दुनिया दे च कई उदाहरण दिते जा सकते ने, जो पहला पापी सन, चोर सन, गुरु दी हजूरी आए, विधि चंद वर्गे, गुरु का सीना ही बन गया,
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਹੁਣ ਐਸੀ ਗੱਲ ਤੇ ਨਹੀਂ ਕਿ ਉਦੋਂ ਚੋਰ ਰਹਿ ਗਿਆ, ਉਹ ਗੁਰੂ ਦੀ ਸੰਗਤ ਮਿਲੀ ਬਦਲ ਗਿਆ। ਸੱਜਣ ਠੱਗ ਵੱਡਾ ਠੱਗ ਸੀ ਪਰ ਬਦਲ ਗਿਆ, ਕਿਉਂਕਿ ਜਿਉਂ ਹੀ ਸਮਝ ਲੱਗੀ ਹੁਕਮ ਕੀ ਹੈ। ਹੁਕਮ ਇਹ ਨਹੀਂ ਕਿ ਜੇ ਮੈਂ ਕਤਲ ਕਰ ਰਿਹਾ, ਦੁਨੀਆਂ ਨੂੰ ਲੁੱਟ ਰਿਹਾ, ਦੂਜਿਆਂ ਦਾ ਸਭ ਕੁਝ ਖੋਹ ਰਿਹਾ ਤੇ ਵਾਹਿਗੁਰੂ ਦੇ ਹੁਕਮ ਵਿੱਚ ਕਰ ਰਿਹਾ, ਕਰੇ ਕਰਾਵੇ ਆਪੇ ਆਪ, ਮਾਨੁ ਕਹਿ ਕੇ ਛਨਾਈ ਹਾਥ, ਬਸ ਇਹ ਦਲੀਲ ਦੇਣੀ ਨਹੀਂ। ਗੁਰੂ ਨਾਲ ਮੁਲਾਕਾਤ ਹੋਈ ਤੇ ਗੱਲ ਨੂੰ ਸਮਝ ਗਿਆ, ਨਹੀਂ ਪਾਪ ਕਮਾ ਰਿਹਾ ਤੇ ਉਹਦੇ ਹੁਕਮ ਅਨੁਸਾਰ ਸਜ਼ਾ ਜ਼ਰੂਰ ਮਿਲੇਗੀ, ਅਟਲ ਨਿਯਮ ਹੈ ਉਹਦਾ, ਸਜ਼ਾ ਮਿਲੇਗੀ। ਦੁਨਿਆਵੀ ਕਾਨੂੰਨ ਬਦਲ ਸਕਦੇ ਨੇ, ਦੁਨਿਆਵੀ ਜੱਜ ਲਿਹਾਜ਼ ਕਰ ਸਕਦੇ ਨੇ, ਪਰ ਉਹ ਲਿਹਾਜ਼ ਨਹੀਂ ਕਰੇਗਾ, ਉਹਦਾ ਹੁਕਮ ਅਟਲ ਹੈ। ਬਸ ਹੁਕਮ ਕੀ ਹੈ, ਉਹਨੇ ਹੁਕਮ ਅਨੁਸਾਰ ਨਿਯਮ ਬਣਾ ਦਿੱਤਾ ਹੈ, ਤੈਨੂੰ ਸਮਝ ਦੇ ਦਿੱਤੀ ਹੈ। ਇਸ ਗੱਲ ਨੂੰ ਥੋੜ੍ਹਾ ਜਿਹਾ ਇਉਂ ਸਮਝ ਲਈਏ, ਇੱਕ ਪੈਗੰਬਰ ਬੈਠਾ ਸੀ ਤੇ ਸਾਹਮਣੇ ਉਹਦਾ ਚੇਲਾ ਖੜਾ ਸੀ, ਉਹਨੇ ਅਚਾਨਕ ਸਵਾਲ ਕਰ ਦਿੱਤਾ ਕਿ ਪੈਗੰਬਰ ਸਭ ਕੁਝ ਖੁਦਾ ਹੀ ਕਰਦਾ ਹੈ ਜਾਂ ਮੈਂ ਵੀ ਕੁਝ ਕਰਦਾ, ਮੇਰੇ ਹੱਥ ਦੀ ਵੀ ਕੋਈ ਗੱਲ ਹੈ। ਹੁਣ ਗੱਲ ਇਹੋ ਜਿਹੀ ਪੁੱਛੀ ਸੀ ਤੇ ਤਰੀਕਾ ਵੀ ਉਹਨੂੰ ਸਮਝਾਉਣ ਦਾ ਉਹੋ ਜਿਹਾ ਹੋਵੇ ਤਾਂ ਹੀ ਸਮਝ ਆਵੇ। ਜਿਹਨੇ ਸਵਾਲ ਕੀਤਾ ਉਹ ਖੜਾ ਸੀ ਤੇ ਸਾਹਮਣੇ ਤੋਂ ਪੈਗੰਬਰ ਨੇ ਕਿਹਾ ਕਿ ਇੱਕ ਪੈਰ ਜ਼ਮੀਨ ਤੋਂ ਉੱਪਰ ਚੱਕ ਲੈ, ਉਹਨੇ ਖੱਬਾ ਪੈਰ ਚੱਕ ਲਿਆ। ਹੁਣ ਕਿਹਾ ਦੂਜਾ ਵੀ ਚੱਕ ਲੈ, ਹੈਰਾਨ ਹੋਇਆ, ਜ਼ਮੀਨ ਤੇ ਖੜੇ ਰਹਿਣ ਲਈ ਕੋਈ ਤੇ ਸਹਾਰਾ ਚਾਹੀਦਾ, ਹੁਣ ਇੱਕ ਪੈਰ ਚੱਕ ਲਿਆ, ਦੂਜਾ ਕਿਸ ਤਰ੍ਹਾਂ ਚੱਕਾਂ? ਤੇ ਉਹਨੇ ਕਿਹਾ ਬਸ ਇਤਨੀ ਤੇਰੇ ਹੱਥ ਦੀ ਗੱਲ ਹੈ, ਤੈਨੂੰ ਕਿਹਾ ਗਿਆ ਸੀ ਕਿ ਜ਼ਮੀਨ ਤੋਂ ਇੱਕ ਪੈਰ ਉੱਪਰ ਚੱਕ, ਤੂੰ ਖੱਬਾ ਚੱਕ ਲਿਆ, ਸੱਜਾ ਵੀ ਚੱਕ ਸਕਦਾ ਸੀ, ਬਿਲਕੁਲ ਇਉਂ ਤੂੰ ਚੋਣ ਕਰਨੀ ਹੈ, ਤੈਨੂੰ ਸਮਝ ਦੇ ਦਿੱਤੀ ਜਿਸ ਤਰ੍ਹਾਂ ਤੈਨੂੰ ਪਤਾ ਹੈ ਇਹ ਪੈਰ ਸੱਜਾ ਹੈ ਇਹ ਖੱਬਾ ਹੈ, ਬਿਲਕੁਲ ਇਉਂ ਤੈਨੂੰ ਪਤਾ ਹੈ ਇਹ ਜ਼ਹਿਰ ਹੈ ਇਹ ਅੰਮ੍ਰਿਤ ਹੈ, ਇਹ ਪਾਪ ਹੈ ਇਹ ਪੁੰਨ ਹੈ, ਇਹ ਰਾਤ ਹੈ ਇਹ ਦਿਨ ਹੈ, ਹੁਣ ਫੈਸਲਾ ਤੂੰ ਕਰਨਾ ਹੈ, ਤੂੰ ਚੁਣਨਾ ਹੈ। ਐਸਾ ਨਹੀਂ ਹੋ ਸਕਦਾ ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆ, ਇਹ ਕਿਹੋ ਜਿਹਾ ਨਿਆ ਹੈ ਬੰਦੇ ਤੇਰਾ, ਤੂੰ ਬੀਜੇ ਤੇ ਜ਼ਹਿਰ ਤੇ ਸੋਚੇ ਮਿਲ ਜਾਵੇ ਮੈਨੂੰ ਅੰਮ੍ਰਿਤ। ਐਸਾ ਤੇ ਨਹੀਂ ਹੋ ਸਕਦਾ, ਲੋੜੈ ਦਾਕ ਬਿਜੌਰੀਆਂ ਕਿੱਕਰ ਬੀਜੈ ਜੱਟ, ਹੰਡੇ ਉਨ ਕਤਾਂ ਦਾ ਪਹਿੰਦਾ ਲੋੜੇ ਪੱਟ, ਜੇ ਬੀਜੇਗਾ ਕੰਡੇ ਤੇ ਮਿਲਣਗੇ ਕੰਡੇ ਹੀ, ਰੇਸ਼ਮ ਦੇ ਵਸਤਰ ਨਹੀਂ ਪ੍ਰਾਪਤ ਕਰ ਸਕਦਾ, ਬਿਜੌਰ ਦੇਸ਼ ਦੀਆਂ ਦਾਖਾਂ ਨਹੀਂ ਮਿਲ ਸਕਦੀਆਂ, ਜੋ ਬੀਜੇਗਾ ਉਹੀ ਤੇ ਪ੍ਰਾਪਤ ਕਰੇਗਾ ਨਾ। ਬਸ ਤੇਰੇ ਹੱਥ ਦੀ ਗੱਲ ਇਤਨੀ ਕੁ ਹੈ, ਤੂੰ ਦੋਸ਼ ਨਹੀਂ ਦੇ ਸਕਦਾ ਵਾਹਿਗੁਰੂ ਨੂੰ। ਹੁਕਮ ਕੀ ਹੈ, ਉਹਦਾ ਹੁਕਮ ਅਟਲ ਹੈ, ਤੁਦ ਆਪੇ ਕਾਰਨ ਆਪੇ ਕਰਨਾ, ਹੁਕਮੇ ਜੰਮਣ ਹੁਕਮੇ ਮਰਨਾ। ਉਹ ਜੰਮਣ ਦੇ ਕਰਕੇ ਤੂੰ ਪਤੰਤਰ ਹੈ, ਪਰ ਕਰਮ ਦੇ ਕਰਕੇ ਸੁਤੰਤਰ ਹੈ। ਸੰਸਾਰ ਦੇ ਵਿੱਚ ਤੈਨੂੰ ਪੈਦਾ ਕੀਤਾ ਮਾਲਕ ਵਾਹਿਗੁਰੂ ਜੀ ਨੇ, ਉਹਦੇ ਹੁਕਮ ਅਨੁਸਾਰ ਤੇਰਾ ਜਨਮ ਹੋਇਆ, ਉਹਦੇ ਹੁਕਮ ਅਨੁਸਾਰ ਤੂੰ ਮਰ ਵੀ ਜਾਵੇਂਗਾ, ਪਰ ਜੋ ਵਿਚਕਾਰਲੀ ਅਵਸਥਾ ਤੂੰ ਸੁਤੰਤਰ ਹੈ, ਤੂੰ ਕੀ ਕਰਨਾ ਹੈ, ਤੈਨੂੰ ਸਾਰੀ ਸਮਝ ਦਿੱਤੀ, ਇਤਨਾ ਖਾਣਾ ਹੈ, ਅਲਪ ਆਹਾਰ ਸੁਲਭ ਸੇ ਨਿੰਦਰਾ, ਥੋੜਾ ਖਾਣਾ ਹੈ ਥੋੜਾ ਸੌਣਾ ਹੈ। ਹੁਣ ਜੇ ਤੂੰ ਸੋਵੇ ਵੀ ਜ਼ਿਆਦਾ ਤੇ ਖਾਈ ਜਾਵੇ ਤੇ ਸਰੀਰ ਨੇ ਰੋਗੀ ਹੋਣਾ ਹੈ, ਫਿਰ ਤੂੰ ਦੋਸ਼ ਦੇਵੇਂ ਵਾਹਿਗੁਰੂ ਨੂੰ ਕਿ ਮੈਨੂੰ ਹਾਰਟ ਅਟੈਕ ਹੋ ਗਿਆ, ਮੈਂ ਕੁਰਲਾ ਰਿਹਾ, ਹਸਪੀਟਲ ਦੇ ਵਿੱਚ ਹਸਪਤਾਲ ਵਿੱਚ ਪਿਆ, ਤੇ ਦੋਸ਼ ਵਾਹਿਗੁਰੂ ਨੂੰ ਦੇਵੇ? ਨਹੀਂ, ਉਹ ਤੇ ਨਿਰਵੈਰ ਹੈ, ਉਹਦਾ ਕਿਸ ਨਾਲ ਵੈਰ ਹੈ?
ਉਹਦੀ ਹੁਕਮ ਦੀ ਖੇਡ ਨੂੰ ਸਮਝ। ਉਹਨੇ ਸਮਝਾ ਦਿੱਤਾ ਹੈ ਕਿ ਗੁਣ ਅਪਣਾਵੇਂਗਾ ਤੇ ਜੀਵਨ ਗੁਣਾਂ ਨਾਲ ਭਰ ਜਾਵੇਗਾ। ਔਗੁਣ ਅਪਣਾਵੇਗਾ, ਔਗੁਣ ਆਉਣਗੇ। ਗੁਣ ਅੰਮ੍ਰਿਤ ਨੇ, ਔਗੁਣ ਜ਼ਹਿਰ ਨੇ। ਅੰਮ੍ਰਿਤ ਗੁਣ ਸੰਤ ਬੋਲਦੇ, ਗੁਣ ਅੰਮ੍ਰਿਤ ਨੇ। ਵਾਹਿਗੁਰੂ ਅੰਮ੍ਰਿਤ ਹੈ ਆਪਣੇ ਆਪ ਵਿੱਚ, ਪਰ ਵਾਹਿਗੁਰੂ ਦਾ ਹੁਕਮ ਬੰਦਾ ਨਾ ਵਾਹਿਗੁਰੂ ਦਾ ਹੁਕਮ ਮੰਨਣਾ ਚਾਹੁੰਦਾ ਨਾ ਗੁਰੂ ਦਾ। ਮਨੋ ਕਹਿੰਦਾ ਮੇਰਾ ਹੀ ਹੁਕਮ ਚੱਲੇ ਹਰ ਜਗ੍ਹਾ। ਹਰਨਾਖਸ਼ ਵਰਗਿਆਂ ਨੇ ਮਾਲਕ ਵਾਹਿਗੁਰੂ ਜੀ ਦੇ ਹੁਕਮ ਤੋਂ ਉਲਟ ਚੱਲਦਿਆਂ ਕਿਹਾ ਸੰਸਾਰ 'ਚ ਮੇਰਾ ਹੁਕਮ ਚੱਲੇ, ਪਰ ਕਿੱਥੇ ਚੱਲਿਆ? ਇੱਕ ਇੱਧਰ ਰੂਸ ਸਾਈਡ ਦਾ ਬਾਦਸ਼ਾਹ ਹੋਇਆ ਹੈ ਫਾਰਹੂਨ। ਉਹ ਫਾਰਹੂਨ ਜੋ ਬਾਦਸ਼ਾਹ ਸੀ, ਅੱਜ ਕੱਲ੍ਹ ਸਾਹਿਤ ਨੂੰ ਇੱਕ ਸ਼ਬਦ ਮਿਲਿਆ ਨਾ, ਕਿਸੇ ਨੂੰ ਕਹਿ ਦਿੱਤਾ ਜਾਂਦਾ ਹੈ, ਬਹੁਤਾ ਸਨਕੀ ਕੋਈ ਬੰਦਾ ਹੋਵੇ ਤੇ ਲੋਕ ਕਹਿੰਦੇ ਫਾਰਹੂਨੀ ਦਿਮਾਗ ਹੈ। ਭਾਵ ਕੀ? ਉਹਦੇ ਵਰਗਾ ਦਿਮਾਗ ਹੈ ਇਹਦਾ। ਫਾਰਹੂਨ ਕੌਣ ਸੀ? ਇਹ ਰੂਸ ਦਾ ਇੱਕ ਬਾਦਸ਼ਾਹ ਸੀ ਤੇ ਬੜਾ ਹੰਕਾਰੀ ਸੀ, ਆਪਣੀ ਤਾਕਤ ਸ਼ਕਤੀ ਦਾ, ਫੌਜ ਦਾ ਬੜਾ ਮਾਣ ਕਰਦਾ ਸੀ। ਤੇ ਜਦ ਇਹੋ ਜਿਹੇ ਬੰਦੇ ਆਉਂਦੇ ਨੇ ਨਾ, ਤੇ ਉਹਨਾਂ ਦੀ ਚਮਚਾਗੀਰੀ ਕਰਨ ਵਾਲੇ ਵੀ ਬੜੇ ਹੋ ਜਾਂਦੇ ਨੇ, ਕਿਉਂਕਿ ਕੁਛ ਪ੍ਰਾਪਤ ਕਰਨਾ ਹੈ ਤੇ ਬਸ ਹਾਂਜੀ ਹਾਂਜੀ ਕਰੀ ਜਾਓ, ਹਾਂ ਵਿੱਚ ਹਾਂ ਮਿਲਾਈ ਜਾਓ। ਉਹਦਾ ਵਜ਼ੀਰ ਵੀ ਇਹੋ ਜਿਹਾ ਸੀ, ਵਜ਼ੀਰ ਇਹੋ ਜਿਹੇ ਸਨ ਸਾਰੇ, ਬਾਦਸ਼ਾਹ ਦਾ ਸੁਭਾਅ ਵੇਖ ਕੇ ਉਹਦੀ ਹਾਂ ਵਿੱਚ ਹਾਂ ਮਿਲਾਉਂਦੇ ਸਨ। ਤੇ ਇੱਕ ਦਿਨ ਬਾਦਸ਼ਾਹ ਨੇ ਵਜ਼ੀਰ ਨੂੰ ਕਹਿ ਦਿੱਤਾ ਵੀ ਸਾਰੇ ਕਹਿੰਦੇ ਨੇ ਰੱਬ ਦਾ ਹੁਕਮ ਚੱਲਦਾ, ਰੱਬ ਦਾ ਹੁਕਮ ਚੱਲਦਾ ਹੈ, ਪਰ ਇੱਥੇ ਤੇ ਮੇਰਾ ਹੁਕਮ ਚੱਲਦਾ। ਤੇ ਜੇ ਰੱਬ ਦਾ ਹੁਕਮ ਚੱਲਦਾ ਤੇ ਉਹ ਹੈ ਕਿੱਥੇ? ਉਹਦੇ ਨਾਲ ਮੈਂ ਜੰਗ ਕਰਨੀ ਹੈ, ਉਹਨੂੰ ਹਰਾਉਣਾ। ਤੇ ਵਜ਼ੀਰ ਨੂੰ ਪੁੱਛਦਾ ਹੈ ਕਿ ਜੇ ਜੰਗ ਕਰਨ ਜਾਵਾਂ ਉਹਦੇ ਨਾਲ ਤੇ ਮੈਂ ਕਿਸ ਉੱਤੇ ਸਵਾਰ ਹੋ ਕੇ ਜਾਵਾਂ, ਕਿਸ ਤਰ੍ਹਾਂ ਜੰਗ ਕਰਾਂ? ਤੇ ਵਜ਼ੀਰ ਨੇ ਕਿਹਾ ਕਿ ਬਾਦਸ਼ਾਹ ਸਲਾਮਤ, ਤੁਸੀਂ ਹਾਥੀ ਉੱਤੇ ਚੜ੍ਹ ਕੇ ਜਾਓ। ਹੁਣ ਉਹ ਕਹਿੰਦਾ ਹਾਥੀ ਉੱਤੇ ਚੜ੍ਹ ਕੇ ਜਾਵਾਂ? ਜੇ ਹਾਥੀ ਉੱਤੇ ਚੜ੍ਹ ਕੇ ਜਾਵਾਂਗਾ ਤੇ ਰੱਬ ਦੀ ਹਸਤੀ ਉੱਚੀ ਹੋ ਜਾਵੇਗੀ, ਇਹਦਾ ਮਤਲਬ ਕਿ ਉੱਚਾ ਹੈ, ਮੈਂ ਉਸ ਤੋਂ ਡਰਦਾ। ਹੁਣ ਸਾਹਮਣੇ ਚਾਪਲੂਸ ਸੀ, ਉਹਨੇ ਗੱਲ ਬਦਲ ਦਿੱਤੀ, ਚਲੋ ਜੀ ਹਾਥੀ ਨੂੰ ਰਹਿਣ ਦਿਓ, ਘੋੜੇ ਉੱਤੇ ਸਵਾਰ ਹੋ ਕੇ ਜਾਓ। ਉਹ ਕਹਿਣ ਲੱਗਾ ਘੋੜੇ ਉੱਤੇ ਵੀ ਸਵਾਰ ਹੋ ਕੇ ਜਾਵਾਂ ਤੇ ਇਹਦਾ ਮਤਲਬ ਮੈਂ ਰੱਬ ਨੂੰ ਕੁਝ ਹੋਰ ਉੱਚਾ ਸਮਝ ਰਿਹਾ। ਉਹਨੇ ਕਿਹਾ ਫਿਰ ਇਉਂ ਕਰੋ, ਖੋਤੇ ਉੱਤੇ ਸਵਾਰ ਹੋ ਕੇ ਜਾਓ। ਉਹ ਕਹਿੰਦਾ ਹਾਂ ਇਹ ਗੱਲ ਠੀਕ ਹੈ, ਕਿਉਂ ਰੱਬ ਨੂੰ ਮੈਂ ਕੋਈ ਸਮਝਦਾ ਹੀ ਨਹੀਂ। ਇਉਂ ਆਪਣੀ ਫੌਜ ਲੈ ਕੇ ਪਹੁੰਚਿਆ ਜੰਗ ਦੇ ਮੈਦਾਨ ਵਿੱਚ ਤੇ ਕਹਿੰਦੇ ਲਗਾਤਾਰ ਕਈ ਦਿਨ ਇਹ ਆਕਾਸ਼ ਵੱਲ ਤੀਰਾਂ ਦੀ ਵਾਛੜ ਕਰਦਾ ਰਿਹਾ, ਸ਼ਸਤਰਾਂ ਦੇ ਵਾਰ ਕਰਦਾ ਰਿਹਾ, ਪਰ ਰੱਬ ਕੋਈ ਇਹਨੂੰ ਨਜ਼ਰ ਹੀ ਨਹੀਂ ਆਇਆ। ਅਖੀਰ ਇਹਨੇ ਆਪ ਹੀ ਫੈਸਲਾ ਦੇ ਦਿੱਤਾ ਕਿ ਰੱਬ ਹੈ ਹੀ ਨਹੀਂ, ਜੇ ਵਾਹਿਗੁਰੂ ਹੁੰਦਾ ਤੇ ਜ਼ਰੂਰ ਮੇਰੇ ਨਾਲ ਮੁਕਾਬਲਾ ਕਰਨ ਆਉਂਦਾ। ਤੇ ਉਹਨੇ ਫੈਸਲਾ ਦੇ ਦਿੱਤਾ ਨਾ ਵਾਹਿਗੁਰੂ ਹੈ ਨਾ ਵਾਹਿਗੁਰੂ ਦਾ ਕੋਈ ਹੁਕਮ ਹੈ, ਮੇਰਾ ਹੀ ਹੁਕਮ ਪ੍ਰਧਾਨ ਹੈ। ਨਹੀਂ, ਮਾਲਕ ਵਾਹਿਗੁਰੂ ਜੀ ਦਾ ਹੁਕਮ ਚੱਲਿਆ ਤੇ ਫਾਰਹੂਨ ਨੂੰ ਮਿਟਦਿਆਂ ਦੇਰ ਨਹੀਂ ਲੱਗੀ। ਤੁਧ ਆਪੇ ਕਾਰਨ ਆਪੇ ਕਰਨ, ਹੁਕਮੇ ਜੰਮਣ ਹੁਕਮੇ ਮਰਨਾ। ਕਿਨ ਮੈਂ ਰਾਓ ਰੰਕ ਕੌ ਕਰਹੀ, ਰਾਓ ਰੰਕ ਕਰ ਡਾਰੇ, ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਏ। ਇਹ ਜਿਤਨਾ ਆਕਾਰ ਹੈ ਉਹਦੇ ਹੁਕਮ ਵਿੱਚ ਬਣਿਆ ਹੈ। ਪਰ ਹੁਣ ਫਾਰਹੂਨ ਜਦ ਵਾਹਿਗੁਰੂ ਦਾ ਹੁਕਮ ਚੱਲਿਆ, ਉਹਨੂੰ ਮਿੱਟੀ 'ਚ ਮਿਲਦਿਆਂ ਦੇਰ ਨਹੀਂ ਲੱਗੀ। ਹੁਣ ਫਾਰਹੂਨ ਕਵੇ ਕਿ ਦੋਸ਼ ਵਾਹਿਗੁਰੂ ਦਾ ਹੈ, ਨਹੀਂ ਐਸੀ ਗੱਲ ਨਹੀਂ, ਉਹ ਆਪ ਦੋਸ਼ੀ ਹੈ, ਉਹ ਆਪ ਅਹੰਕਾਰੀ ਬਣਿਆ, ਅਹੰਕਾਰਿਆ ਸੋ ਮਾਰਿਆ।
सतगुरु जी अज यह गल समझा रहे ने, कहिंदे आपी ने भोग भोग कै होए पसमड़ पहुर सधाया, वड्डा हुआ दुनी दा गल संगल घत चलाया। वड्डा दुनियादार बनिया फिरदा सी तू, दुनिया भर दे भोग भोग के ते अपना हुक्म मनवाउणा चाहुंदा सी, मालक वाहिगुरु जी दे हुक्म नूं समझ नहीं सकिया, अपने आप नूं बदल नहीं सकिया, ते फिर की होया, गल संगल घत चलाया। जिद्दां ना गले दे विच जंजीर संगल पा के ते किसे नूं खिचिया जांदा है, इउं लै गए। पर ऐसी गल नहीं कि मालक वाहिगुरु अन्याय करदा है, नहीं उन्हें पता है की कीता, अग्गै करनी कीरत वाची है बह लेखा कर समझाया। सामने सारा चिट्ठा रख दिता तेरे, ये तेरे कर्म ने। कई बारी साड़ी हौमे इतनी सूक्ष्म होंदी है कि अपने आप नू नजर नहीं आ रही होंदी, असी जिस गल ते एक बारी अड़ गए ते अड़ गए। हुण मैं जो फैसला लै लिया इस तो नहीं टलांगा, इस तो नहीं हटांगा, भावें बंदे नूं आप नूं पता हुंदा है कि गलत है, फिर भी कहिंदा नहीं जो मैं कह रहा वो ठीक है। बस उत्थे ही असी मालक वाहिगुरु जी दे हुक्म तों वांझे हो जांदे आ। जे समझ आ गई कि मैं गलत हाँ तो फिर मैनूं बदल जाना चाहीदा है। की जांदा है, जितना कोई बंदा उच्चा बनना चाहेगा ना उतना ही फलां तो वांझा रह जाएगा। बांस बहुत उच्चा है पर बांस नूं कौन वड्याई दिंदा है, गन्ना नीवा है मिठास नाल भरिया है। गुरु ने फैसला दिता कि बदल, जे वाहिगुरु दे हुक्म नूं तू वेखदा है ना, हुक्म है अंदर सब को बाहर हुक्म ना कोए, जलते थल कर थलते कुआं कूपते मेर करावे, धरती ते आकाश चढ़ावे चढ़े आकाश गिरावे, हुक्म है अंदर सब को। एडा कुछ वेख रहा है तू, भेखारी ते राज करावे राजा ते भेखारी, हुक्म है अंदर सब को। आकार बदलदा निरंकार कदी नहीं बदलदा, झूठ बदलदा सच कदी भी नहीं बदलदा। मालक वाहिगुरु कदी भी नहीं बदले, आद सच जुगाद सच है भी सच, नानक होसी भी सच, वो भी अटल है, उहदा नाम भी नहीं बदलदा, उहदे गुण भी नहीं बदलदे। साढ़े नाम भी बदल जाते ने, गुण भी बदल जाते ने। होवे कोई हरदास सिंह, जरूरी ते नहीं वो हरी दा दास है, होवे कोई गुरमुख सिंह, जरूरी ते नहीं गुरमुख ही है, वड़े वड़े मनमुख वेखे ने इस नाम दे। बंदा बदलदा है, जे तुसी किसे दा नाम मनमुख सिंह भी रख दे हो ना, उन्हों गल समझ आ गई, गुरमुख जन्म सवार दरगाह चलिया, सच्ची दरगाह जाए सच्चा पिड़ मल्लिया, जो उन्हों गल समझ आ गई बदल जाएगा, गुरमुख बन जाएगा। पर जिन्हें नहीं बदलना वह भावें नाम गुरमुख सिंह होवे पर लाभ की होवेगा, रहेगा मनमुख ही। दुनिया बदलती है, मनुख बदल सकता है, लाभ लै सकता है, या अपना विनाश कर लवे या अपने आप नूं कुछ बना लवे, बंदे दे हथ दी गल है। आकार है ना बदलदा है, संसार झूठ है इहदा नाश भी हुंदा है, पर निरंकार सच है, उहदा हुक्म भी सच है। बस गल नूं इत्थे समझना है आपां ने कि उहनूं दोष नहीं देना, जे मैं चोर हाँ चोरी कर रहा हाँ वह करवा रहा, नहीं वह नहीं करवा रहा, उन्हें तैनू समझा दिता चोरी करेगा तो तैनू सजा मिलेगी, तू कतल करेगा तैनू सजा मिलेगी। हुक्म ना मेटिया
ਹੁਕਮ ਨਾ ਜਾਈ ਮੇਟਿਆ ਜੋ ਲਿਖਿਆ ਸੋ ਨਾਲ, ਜੋ ਨੇ ਲਿਖ ਦਿੱਤਾ ਇੱਕ ਵਾਰੀ ਦੁਨਿਆਵੀ ਜੱਜ ਦੀ ਤੇ ਬੰਦਾ ਕਲਮ ਤੋੜਨ ਦਾ ਯਤਨ ਕਰਦਾ ਹੈ। ਅੱਜ ਜਿਤਨਾ ਜੱਜ ਡਰੇ ਹੋਏ ਨੇ ਸ਼ਾਇਦ ਕੋਈ ਹੋਰ ਨਾ ਡਰਿਆ ਹੋਵੇ, ਕਿਉਂਕਿ ਲੋਕਾਂ ਨੇ ਆਪਣੇ ਮਨਮਰਜ਼ੀ ਦੇ ਫੈਸਲੇ ਕਰਾਉਣੇ ਨੇ। ਪਰ ਜਿਹੜਾ ਨਿਰਵੈਰ ਜੱਜ ਹੈ, ਜਿਹਨੂੰ ਆਪਣੀ ਜਗ੍ਹਾ ਦਾ ਵੀ ਪਤਾ ਹੈ, ਆਪਣੇ ਹੁਕਮ ਦੀ ਖੇਡ ਦਾ ਵੀ ਪਤਾ ਹੈ, ਉਹਨੂੰ ਆਪਣੀ ਜ਼ਿੰਮੇਦਾਰੀ ਦਾ ਅਹਿਸਾਸ ਹੈ, ਉਹ ਨਹੀਂ ਡਰਦਾ। ਉਹ ਨਿਰਵੈਰ ਹੋ ਕੇ ਫੈਸਲਾ ਕਰਦਾ ਹੈ। ਪਰ ਦੁਨਿਆਵੀ ਜੱਜਾਂ ਨੂੰ ਕੋਈ ਡਰਾ ਵੀ ਸਕਦਾ? ਮਾਲਕ ਵਾਹਿਗੁਰੂ ਨੂੰ ਤੇ ਕੋਈ ਨਹੀਂ ਡਰਾ ਸਕਦਾ। ਕੋ ਹਰ ਸਮਾਨ ਨਹੀਂ ਰਾਜਾ, ਦੁਨਿਆਵੀ ਰਾਜੇ ਬਦਲਦੇ ਨੇ, ਉਹਨਾਂ ਦਾ ਹੁਕਮ ਵੀ ਬਦਲ ਜਾਂਦਾ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਬੰਦੇ ਨੂੰ ਘਰ ਦੇ ਵਿੱਚ ਪਿਤਾ ਮਾਂ ਕੋਈ ਗੱਲ ਕਹਿਣ, ਹੁਕਮ ਕਰਨ, ਤੇ ਬੱਚਿਆਂ ਨੂੰ ਹੁੱਜਤ ਕਰਨੀ ਆ ਗਈ ਹੈ, ਹੁਕਮ ਨੂੰ ਖੇਡ ਸਮਝਦੇ ਨੇ। ਇਉਂ ਹੀ ਜਦ ਗੁਰੂ ਦਰਬਾਰ ਵਿੱਚ ਪਹੁੰਚਦੇ ਨੇ ਤੇ ਬਹੁਤ ਹੀ ਆਪਣੀ ਸਿਆਣਪ ਚਤੁਰਾਈ ਦੀ ਹੀ ਗੱਲ ਕਰਦੇ ਨੇ, ਗੁਰੂ ਦੇ ਹੁਕਮ ਨੂੰ ਵੀ ਆਪਣੇ ਤਰੀਕੇ ਨਾਲ ਤੋੜ ਮਰੋੜ ਲੈਂਦੇ ਨੇ। ਪਰ ਜਿਨ੍ਹਾਂ ਨੂੰ ਹੁਕਮ ਦੀ ਸਮਝ ਸੀ, ਉਹਨਾਂ ਨੇ ਗੁਰੂ ਦੇ ਕਹਿਣ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਸਤਿਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਤੁਰੇ ਜਾ ਰਹੇ ਸਨ, ਸਿੱਖ ਨਾਲ ਤੁਰ ਰਹੇ ਸਨ, ਤੇ ਭਾਈ ਝੰਡਾ ਜੀ ਉਹ ਵੀ ਸਤਿਗੁਰੂ ਨਾਲ ਤੁਰ ਰਹੇ ਸਨ। ਅਚਾਨਕ ਨਜ਼ਰ ਪਈ ਸਤਿਗੁਰੂ ਜੀ ਦੀ ਕਿ ਉਹ ਲੰਗੜਾ ਕੇ ਚੱਲ ਰਹੇ ਨੇ, ਤੇ ਵੇਖਿਆ ਪੈਰ 'ਚ ਜ਼ਖਮ ਸੀ, ਤੇ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਨੇ ਕਿਹਾ ਝੰਡਿਆ ਜੋੜਾ ਲਾਹ ਦੇ। ਉਸੇ ਵੇਲੇ ਉਹਨੇ ਆਪਣੀ ਜੁੱਤੀ ਉਤਾਰ ਦਿੱਤੀ। ਸਮਾਂ ਬੀਤਿਆ, ਕੁਝ ਦਿਨ ਬੀਤੇ, ਸਤਿਗੁਰੂ ਜੀ ਨੇ ਵੇਖਿਆ ਨੰਗੇ ਪੈਰ ਹੀ ਤੁਰਿਆ ਫਿਰਦਾ ਹੈ, ਤੇ ਪੁੱਛ ਲਿਆ ਜੋੜਾ ਕਿੱਥੇ ਹੈ। ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਕਿਹਾ ਸੀ ਜੋੜਾ ਲਾਹ ਦਿਓ, ਮੈਂ ਲਾਹ ਦਿੱਤੀ। ਸਤਿਗੁਰੂ ਜੀ ਨੇ ਕਿਹਾ ਭੋਲਿਆ, ਮੈਂ ਤੇ ਉਦੋਂ ਤੱਕ ਕਿਹਾ ਸੀ ਜਦ ਤੱਕ ਜ਼ਖਮ ਭਰ ਨਹੀਂ ਜਾਂਦਾ, ਫੱਟ ਮੌਲ ਨਹੀਂ ਜਾਂਦਾ, ਤਦ ਤੱਕ ਤੂੰ ਜੋੜਾ ਨਹੀਂ ਪਾਉਣਾ, ਕਿਉਂਕਿ ਉਹਦੇ ਨਾਲ ਜ਼ਖਮ ਹੋਰ ਹਰਾ ਹੁੰਦਾ। ਹੱਥ ਜੁੜ ਗਏ ਸਤਿਗੁਰੂ ਜੀ, ਆਪ ਨੇ ਹੁਕਮ ਕੀਤਾ, ਮੇਰੀ ਕੀ ਜ਼ਰੂਰਤ ਹੈ ਕਿ ਮੈਂ ਕੋਈ ਕਿੰਤੂ ਪਰੰਤੂ ਕਰਾਂ। ਹੁਣ ਗੱਲ ਇਹ ਨਹੀਂ ਕਿ ਗੁਰੂ ਤੋਂ ਸਮਝ ਨਹੀਂ ਮਿਲਦੀ, ਗੁਰੂ ਕਦਮ ਕਦਮ ਤੇ ਅਗਵਾਈ ਕਰਦਾ ਹੈ। ਪਰ ਕੋਈ ਹੁਕਮ ਨੂੰ ਸਮਝੇ ਸਹੀ, ਜਿਉਂ ਹੁਕਮ ਹੋਇਆ ਜੋੜਾ ਉਸੇ ਵੇਲੇ ਪਾ ਲਿਆ। ਗੁਰੂ ਦਰਬਾਰ 'ਚ ਨਾ ਸਮਝੀ ਦੀ ਗੱਲ ਨਹੀਂ ਹੈ, ਪਰ ਅਸੀਂ ਅਕਸਰ ਕਰ ਜਾਂਦੇ ਹਾਂ, ਤੇ ਜੇ ਕਰ ਜਾਂਦੇ ਹਾਂ ਤੇ ਫਿਰ ਗੁਰੂ ਤੋਂ ਪੁੱਛ ਵੀ ਸਕਦੇ ਹਾਂ। ਦੁਨੀਆਂ ਦਾ ਐਸਾ ਕੋਈ ਸਵਾਲ ਨਹੀਂ ਦੇਦਾ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਕੋਲ ਨਾ ਹੋਵੇ। ਜੇ ਇੱਥੇ ਪੁੱਛੋ ਨਾ ਮੂਰਖ ਕਿਸ ਨੂੰ ਕਹਿੰਦੇ ਨੇ, ਤੇ ਜਵਾਬ ਮਿਲਦਾ ਮੂਰਖਾਂ ਸਿਰ ਮੂਰਖ ਜੇ ਮੰਨੈ ਨਾਹੀ ਨਾਉ, ਸਿਰੇ ਦਾ ਮੂਰਖ। ਤੇ ਜੇ ਆਮ ਮੂਰਖ, ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ, ਜੋ ਕੇਵਲ ਬਕਵਾਸ ਹੀ ਬੋਲੇ, ਚੰਗਾ ਬੋਲੇ ਨਾ, ਉਹ ਵੀ ਮੂਰਖ। ਪੁੱਛੇ ਬ੍ਰਹਮ ਗਿਆਨੀ ਕਿਹਨੂੰ ਕਹਿੰਦੇ ਨੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਪੁੱਛੋ ਭਗਤ ਕਿਹਨੂੰ ਕਹਿੰਦੇ ਨੇ, ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣ ਹੁੰਦੇ ਕੋ ਆਪ ਵੰਡਾਏ, ਕੋਈ ਐਸਾ ਭਗਤ ਸਦਾਏ, ਇਹ ਹੈ ਭਗਤ। ਸੰਤ, ਸੰਤ ਕੌਣ ਹੈ, ਜਿਨ੍ਹਾਂ ਸਾਸ ਗ੍ਰਾਸ ਨਾ ਵੀਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਕਿਹੜਾ ਐਸਾ ਸਵਾਲ ਹੈ ਜਿਹਦਾ ਜਵਾਬ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਕੋਲ? ਪੁੱਛ ਲਿਆ ਇੱਕ ਭੈਣ ਨੇ ਕਥਾ ਕਰਕੇ ਨਿਕਲੇ, ਤੇ ਜੇ ਹਰ ਇੱਕ ਸਵਾਲ ਦਾ ਜਵਾਬ ਹੈ ਤੇ ਇਸ ਗੱਲ ਦਾ ਵੀ ਜਵਾਬ ਹੈ ਕਿ ਮੇਰਾ ਪਤੀ ਮੇਰੇ ਵੱਸ 'ਚ ਕਿਸ ਤਰ੍ਹਾਂ ਰਹੇਗਾ। ਪਤੀ ਨੂੰ ਵੱਸ 'ਚ ਕਰਨਾ ਹੈ, ਕੋਈ ਲੋੜ ਨਹੀਂ ਤਾਂਤਰਿਕਾਂ ਕੋਲ ਜਾਣ ਦੀ, ਕੋਈ ਲੋੜ ਨਹੀਂ ਜਾਦੂ ਟੋਨੇ ਕਰਨ ਵਾਲਿਆਂ ਕੋਲ ਜਾਣ ਦੀ,
ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛ ਲਓ। ਸਾਹਿਬ ਨੇ ਗੱਲ ਕਰਵਾ ਦਿੱਤੀ ਦੋ ਭੈਣਾਂ ਦੀ, ਇੱਕ ਭੈਣ ਦਾ ਵਿਆਹ ਹੋ ਚੁੱਕਿਆ, ਇੱਕ ਦਾ ਹੋਣ ਵਾਲਾ ਹੈ। ਉਹਨੇ ਵੇਖਿਆ ਕਿ ਮੇਰੀ ਭੈਣ ਦਾ ਪਤੀ ਉਹਦੇ ਵੱਸ ਵਿੱਚ ਹੈ, ਉਹ ਜੋ ਕਹਿੰਦੀ ਉਹ ਕਰਦਾ, ਉਸ ਤਰੀਕੇ ਨਾਲ ਉਹਨਾਂ ਦਾ ਜੀਵਨ ਬੜਾ ਸੁਖਮਈ ਹੈ। ਤੇ ਸਵਾਲ ਕਰ ਦਿੱਤਾ, ਪੁੱਛ ਲਿਆ ਭੈਣ ਤੋਂ, ਕਵਣ ਸੋ ਅੱਖਰ ਕਵਣ ਗੁਣ, ਕੌਣ ਸੋ ਮਣੀਆਂ ਮੰਤ, ਕੌਣ ਸੋ ਵੇਸੋ ਹੋ ਕਰੀ ਜਿਤ ਵਸ ਆਵੀ ਕੰਤ। ਇਹ ਭੈਣੇ ਮੈਨੂੰ ਦੱਸ ਕਿਹੜੇ ਅੱਖਰ ਮੈਂ ਬੋਲਾਂ, ਕਿਹੜੇ ਗੁਣ ਅਪਣਾਵਾਂ, ਕੌਣ ਸੋ ਅੱਖਰ ਕੌਣ ਗੁਣ, ਕੌਣ ਸੋ ਮਣੀਆਂ ਮੰਤ, ਕਿਹੜਾ ਮੰਤਰ ਮੈਂ ਅਪਣਾਵਾਂ, ਕਿਹੜਾ ਵੇਸ ਹੋ ਕਰਾਂ, ਕੌਣ ਸੋ ਵੇਸੋ ਹੋ ਕਰੀ ਜਿੱਤ ਵਸ ਆਵੀ ਕੰਤ, ਕਿਹੜਾ ਵੇਸ਼ ਧਾਰਨ ਕਰਾਂ ਕਿ ਪਤੀ ਮੇਰੇ ਵਸ ਵਿੱਚ ਰਹੇ। ਤੇ ਜਵਾਬ ਪਤਾ ਕੀ ਮਿਲਿਆ ਗੁਰੂ ਗ੍ਰੰਥ ਸਾਹਿਬ ਜੀ ਦਾ? ਜਵਾਬ ਹੈ ਬਾਬਾ ਫਰੀਦ ਸਾਹਿਬ ਜੀ ਰਾਹੀਂ, ਕਹਿੰਦੇ ਨਿਮਣ ਸੋ ਅੱਖਰ, ਪਹਿਲਾ ਗੁਣ ਤੇਰੇ ਚ ਨਿਮਰਤਾ ਹੋਵੇ, ਖਾਵਣ ਗੁਣ ਬਰਦਾਸ਼ ਕਰਨ ਦੀ ਸ਼ਕਤੀ ਤਾਕਤ ਹੋਵੇ, ਜੇ ਕਦੀ ਕਿਸੇ ਨੇ ਸਾਹਮਣੇ ਤੋਂ ਉਹੋ ਜਿਹਾ ਬੋਲ ਬੋਲ ਦਿੱਤਾ ਤੇ ਝਗੜਾ ਨਹੀਂ ਪਾ ਲੈਣਾ, ਬਰਾਬਰੀ ਨਹੀਂ ਕਰਨੀ, ਬਰਦਾਸ਼ ਕਰਨ ਦੀ ਸ਼ਕਤੀ ਹੋਵੇ। ਖਮਣ ਗੁਣ ਜਿਹਵਾ ਮਣੀਆਂ ਮੰਤ, ਜਿਹਵਾ ਦੇ ਨਾਲ ਮਿੱਠੇ ਬੋਲ ਬੋਲਣੇ ਨੇ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਹ ਜੇ ਤੂੰ ਵੇਸ਼ ਅਪਣਾ ਲੈਂਦੀ ਹੈ, ਤੈਨੂੰ ਲੋੜ ਨਹੀਂ 25-50 ਹਜ਼ਾਰ ਦਾ ਸੂਟ ਪਾਉਣ ਦੀ, ਵੀ ਤਾਂ ਹੀ ਪਤੀ ਖੁਸ਼ ਹੋਵੇਗਾ। 25-50 ਹਜ਼ਾਰ ਦਾ ਸੂਟ ਜੇ ਪਤੀ ਖਰੀਦ ਕੇ ਦੇਵੇ, ਨਾਰਾਜ਼ ਤੇ ਹੋ ਸਕਦਾ, ਖੁਸ਼ ਨਹੀਂ ਹੋ ਸਕਦਾ। ਪਰ ਜੇ ਇਹ ਗੁਣ ਅਪਣਾ ਲਵੇ, ਇਹੋ ਜਿਹਾ ਵੇਸ਼ ਧਾਰਨ ਕਰ ਲਵੇ, ਤੇ ਕਹਿੰਦੇ ਦੁਨਿਆਵੀ ਪਤੀ ਤੇ ਕੀ ਮਾਲਕ ਵਾਹਿਗੁਰੂ ਤੱਕ ਵਸੇ ਚ ਆ ਜਾਂਦਾ। ਹੁਣ ਗੱਲ ਸਾਂਝੇ ਤੌਰ ਤੇ ਹੈ, ਪਤੀ ਪਤਨੀ ਦੋਨਾਂ ਲਈ ਹੈ। ਐਸੀ ਵੀ ਗੱਲ ਨਹੀਂ ਕਿ ਪਤਨੀ ਤੇ ਸਾਰੀ ਉਮਰ ਨਿਮਰਤਾ ਹੀ ਵਿਖਾਉਂਦੀ ਰਹੇ ਤੇ ਪਤੀ ਅੱਗੇ ਆਕੜਿਆ ਹੀ ਰਹੇ। ਹੁਕਮ ਦੀ ਖੇਡ, ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ, ਗੁਰੂ ਦਾ ਹੁਕਮ ਮੰਨਣਾ, ਉਹਨੂੰ ਕਮਾਉਣਾ, ਜੀਵਨ ਬਦਲੇਗਾ। ਫਿਰ ਦੋਸ਼ ਗੁਰੂ ਨੂੰ ਨਹੀਂ ਦੇਵਾਂਗੇ ਕਿ ਜੀ ਮੈਂ ਫਲਾਣੇ ਦਾ ਬੁਰਾ ਕਰ ਦਿੱਤਾ, ਮੈਂ ਕਿਹੜਾ ਕੀਤਾ ਸੀ, ਗੁਰੂ ਨੇ ਕਰਵਾਇਆ, ਕਿਉਂਕਿ ਉਹਦੇ ਹੁਕਮ ਵਿੱਚ ਹੋ ਰਿਹਾ, ਵਾਹਿਗੁਰੂ ਨੇ ਕਰਵਾਇਆ, ਮੈਂ ਦੋਸ਼ੀ ਥੋੜਾ। ਨਹੀਂ ਤੂੰ ਬੁਰਾ ਕੀਤਾ ਹੈ, ਇੱਥੇ ਤੇ ਫੈਸਲਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਸਰਬਤ ਦਾ ਭਲਾ ਮੰਗਣ ਲਈ ਕਿਹਾ ਹੈ, ਜੇ ਭਲਾ ਮੰਗੇਗਾ ਤੇਰਾ ਕਈ ਗੁਣਾ ਵੱਧ ਕੇ ਭਲਾ ਹੋਵੇਗਾ, ਜੇ ਬੁਰਾ ਕਰੇਗਾ ਉਹਦਾ ਤੇ ਅਟਲ ਨਿਯਮ ਹੈ, ਉਹੀ ਤੇ ਹੁਕਮ ਹੈ, ਹੋਰ ਹੁਕਮ ਕੀ ਹੈ। ਹੁਣ ਹੁਕਮ ਹੋਵਾ ਮਹਿਰਮਾਨ ਦਾ, ਐ ਕੋਈ ਨਾ ਕਿਸੇ ਰਣਾਣ ਦਾ, ਸਭ ਸੁਖਾਲੀ ਵਿਠਿਆਂ, ਇਹ ਹੋਵਾ ਹਲੇਮੀ ਰਾਜ ਜੀਓ। ਇਹ ਹਲੇਮੀ ਰਾਜ, ਇਹ ਨਿਮਰਤਾ ਵਾਲਾ ਰਾਜ, ਇਹ ਗੁਰੂ ਦੇ ਦਰਬਾਰ ਵਿੱਚ ਹੈ। ਮਾਲਕ ਵਾਹਿਗੁਰੂ ਜੀ ਨੇ ਉਹੋ ਜਿਹਾ ਰਾਜ ਚਾਹਿਆ ਸੀ ਜਿੱਥੇ ਕੋਈ ਕਿਸੇ ਨੂੰ ਸਤਾਵੇ ਨਾ। ਰਾਜੇ ਹੋਏ ਨੇ, ਮਹਾਰਾਜੇ ਹੋਏ ਨੇ, ਔਰੰਗਜ਼ੇਬ ਵਰਗਾ ਬਾਦਸ਼ਾਹ ਜਿੱਥੇ ਪ੍ਰਜਾ ਕੁਰਲਾਹ ਰਹੀ ਹੈ, ਹਾਹਾਕਾਰ ਮਚੀ ਹੈ ਹਰ ਪਾਸੇ, ਉਹ ਵੀ ਬਾਦਸ਼ਾਹ ਹੈ। ਜੋ ਦੂਸਰਿਆਂ ਦੇ ਧਰਮ ਮੰਦਰਾਂ ਨੂੰ ਮੱਟੀਆਂ ਮੇਟ ਕਰ ਦਿੰਦਾ ਹੈ, ਮਿਟਾ ਦਿੰਦਾ ਹੈ, ਕਦੀ ਵੀ ਉਹਨੇ ਦੂਜੇ ਦੇ ਕਿਸੇ ਦੇ ਧਰਮ ਦੀ ਇੱਜ਼ਤ ਨਹੀਂ ਕੀਤੀ। ਪਰ ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ, ਰਾਜੇ ਦਾ ਵੀ ਹੁਕਮ ਚੱਲਦਾ ਤੇ ਵਾਹਿਗੁਰੂ ਦਾ ਵੀ ਹੁਕਮ ਦੀ ਗੱਲ ਕਰ ਰਹੇ ਹਾਂ। ਤੇ ਅਕਸਰ ਮਹਾਰਾਜਾ ਰਣਜੀਤ ਸਿੰਘ ਨਾ ਵੇਸ ਬਦਲ ਕੇ, ਭੇਸ ਵਟਾ ਕੇ ਰਾਤ ਵੇਲੇ ਨਿਕਲਦੇ ਸਨ। ਮੰਤਰੀਆਂ ਵਜ਼ੀਰਾਂ ਪ੍ਰਸ਼ਾਸਨ ਉੱਤੇ ਉਤਨਾ ਭਰੋਸਾ ਨਹੀਂ ਸੀ ਕਰਦੇ, ਆਪ ਵੇਖਣ ਜਾਂਦੇ ਸਨ ਕਿ ਪ੍ਰਜਾ ਦੁਖੀ ਤੇ ਨਹੀਂ ਹੈ। ਤੇ ਉਹ ਨਿਕਲੇ ਰਾਤ ਵੇਲੇ ਤੇ ਅਚਾਨਕ ਇੱਕ ਝੁੱਗੀ ਵਿੱਚੋਂ ਆਵਾਜ਼ ਆ ਰਹੀ ਹੈ, ਕੋਈ ਮੁਸਲਮਾਨ ਸੀ, ਉਹ ਪੁਕਾਰ ਪਿਆ ਕਰੇ ਕਿ ਇਹ ਖੁਦਾ, ਕਾਸ਼ ਇਸ ਰਾਜ ਦਾ ਰਾਜਾ ਕੋਈ ਮੁਸਲਮਾਨ ਹੁੰਦਾ, ਇਹ ਖੁਦਾ ਕਾਸ਼ ਇਸ ਰਾਜ ਦਾ ਰਾਜਾ ਕੋਈ ਮੁਸਲਮਾਨ ਹੁੰਦਾ। ਹੈਰਾਨ ਹੋਏ ਮਹਾਰਾਜਾ ਰਣਜੀਤ ਸਿੰਘ, ਅੰਦਰ ਚਲੇ ਗਏ।
पूछ लिया भी तू इउं क्यों कह रहा, वो पछाण ना सकिया। उन्हें क्या इस करके कह रहा कि मैं लंबा समा लगा के अपने हाथ नाल कुरान दा उतारा किया, मैं कुरान नू लिखिया है। ते जे कोई मुसलमान बादशाह हुंदा ते इतना खुश हुंदा कि इस कुरान नू तोल के दे बराबर मैनू सोने की मोहरां दे दिंदा, मेरी गरीबी मिट जांदी। महाराजा रणजीत सिंह ने कहा कि तू कल सवेरे राजमहल च पहुंच। दूजा दिन होया, जदों पहुंचया मुसलमान ते महाराजा रणजीत सिंह ने कुरान दे नाल उहदा भी वजन तोल के ते उतनी सोने की मोहरां उहनूं दे दित्तियां। हुण इतने विच ही उसकी आवाज बदल गई। अजो पुकार करके पता है की कह रहा है कि आ खुदा काश हर राज दा राजा कोई सिख होवे, हर राज दा राजा कोई सिख होवे। कुछ भी चंगा सामने मिले ना बदलदियां देर नहीं लगती, सोच बदलती है, बंदे नू बदलना चाहिदा है। पर जे बदले ना अपने आप नू ते दोष वाहिगुरू दवे उहदा हुक्म है, फिर हुक्म नू समझ ही नहीं सकिया है। साहब उही समझाउणा चाहुंदे ने कौन मुआ कौन मार सी, कौन आवे कौन जाए, कौन मरिया है तेरा ही भुलेखा है। कौन मुआ रे कौन मुआ, ब्रह्म ज्ञानी मिल करो बिचारा, ए तो चलत भया माटी माटी होई, एक रोमन हारे की कौन टेक, कौन मरिया है। पंज तत् सन, मिट्टी मिट्टी च मिल गई, अग अग च समा गई, पौन पौन च समा गई, आत्मा ते कदी मरदी नहीं। की मरिया है, कुछ भी नहीं मरिया। कौन रहसी नानका किसकी सुरत समाए, कौन संसार च रहा है, किसकी सुरत सदा ते की रही है। एक मालक वाहिगुरु जो है ना उहदा हुक्म अटल है, वह पैदा करदा संसार दे विच, पंच तत्तां दा शरीर बनाया। जिहड़ा उस गल नू समझ गया, हुक्म दी खेड नू समझ गया, वह आत्मा परमात्मा च दुबारा समा गई, उहदी यात्रा सफली हो गई। महला पहला, हौ मुआ मैं मारिया, पौन वह दरियाओ। जे किते हौमे नू मार के किसी ने अपने अंदर नू टिका लिया ते ठीक है, जिहड़ा हौमे च जी रहा है उहदे अंदर ते इक तृष्णा दा दरिया वह रहा है। तृष्णा थकी नानका जा मन रत्ता नाए, तृष्णा तां मिटेगी, तृष्णा बुझै हर कह नाए। नाम च रत गया उहदी तृष्णा बुझ गई। लोण रते लोयणी कन्नी सुरत समाए, कन्न कहंदे ये जो निंदा तो रह जांदे ने, निंदा वाला जो रोग है वह अंदर ही किते समा जांदा है, खत्म हो जांदा है, जद सुरत गुरु दे शब्द उत्ते टिक जांदी है। जीब रसाण चूनड़ी रत्ती लाल लवाए, ये जीब रूपी चुन्नी जड़ी है ये प्रेम रंग च रंगी जांदी है। अंदर मुश्क चकोलिया कीमत कहीं ना जाए, अंदर एक ऐसा मुश्क चकोल दिता, एक ज्ञान दी ऐसी अग बल्ब गई जिहदी कीमत कहीं नहीं जा सकती, क्योंकि समझ आ गई हुक्म दी। शब्द दे चानण विच उहदी समझ आवेगी। पौड़ी, इस जुग मैं नाम निदान है नामो नाल चलै, इस जगत दे च नाम रूपी खजाना जो है ना ये बहुत वड्डा है। एक नाम ही जो नाल चल रहा है, बाकी सब कुछ इत्थे रह जांदा है। ये जो बचन ने गुरु दे, गुर का बचन बसै जी नाले, जल नहीं डूबै तस्कर नहीं लेवै पाए न साकै जल है। इनू अग साड़ नहीं सकती, चोर चुरा नहीं सकता, जल डुबो नहीं सकता। कहंदे नाम दा खजाना, नाम की है, गुण। जिस बंदे ने अपने अंदर गुण इकट्ठे कर लै, गुण अपना लै, जिन्हें सोच लिया कि मैं मिठा ही बोलना है, मिठत नीवी नानका गुण चंगेईआं तत्, हुण उहने चंगा गुण अपना लिया, हुण इह गुण इह मिठास अखीर तक उहदे नाल ही जावेगी। इह अखुट कदे ना नुकटे खाए खर्चे पल्ले, ये पल्ले ही नाल ही,
ਇਹ ਤੁਹਾਡੇ ਨਾਲ ਹੀ ਹੁੰਦਾ ਹੈ। ਤੁਸੀਂ ਇੱਕ ਵਾਰੀ ਇਹਨੂੰ ਅਪਣਾ ਲਿਆ, ਇਹ ਕਦੀ ਮੁੱਕਦਾ ਵੀ ਨਹੀਂ ਹੈ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ, ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵਧ ਦੋ ਜਾਈ। ਸਾਹਿਬ ਕਹਿੰਦੇ ਹਰ ਜਨ ਨੇੜ ਨਾ ਆਵਈ, ਜਮ ਕੰਕਰ ਜਮ ਕਲੈ। ਫਿਰ ਨਾਮ ਦੀ ਦਾਤ ਜਿਹਨੂੰ ਮਿਲ ਗਈ ਉਹਦੇ ਨੇੜੇ ਜਮਦੂਤ ਨਹੀਂ ਆਉਂਦੇ, ਉਹਦਾ ਮੌਤ ਦਾ ਡਰ ਵੀ ਮੁੱਕ ਜਾਂਦਾ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਨਾਨਕ ਧਰਮ ਐਸੇ ਚਵ ਹੈ ਕੀਤੋ ਭਵਨ ਪੁਨੀਤ। ਕਿੱਥੇ ਧਰਮਰਾਜ ਦੀ ਗੱਲਾਂ ਤੋਂ ਡਰਦਾ? ਜਿਸ ਵੇਲੇ ਤੇਰੇ ਕੋਲ ਮਾਲਕ ਵਾਹਿਗੁਰੂ ਜੀ ਦਾ ਨਾਮ ਆ ਗਿਆ, ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਉੱਥੇ ਤੇਰਾ ਨਾਮ ਸਹਾਈ ਹੋਵੇਗਾ। ਸੇ ਸ਼ਾਹ ਸੱਚੇ ਬਣ ਜਾ ਰਿਹਾ, ਜਿਨ ਹਰ ਧਨ ਪੱਲੈ। ਦੁਨੀਆਂ 'ਚ ਬੜੇ ਸ਼ਾਹੂਕਾਰ ਨੇ, ਪਰ ਉਹ ਸ਼ਾਹੂਕਾਰ ਵੀ ਮਿਟ ਜਾਂਦੇ ਨੇ, ਨਾਮ ਵੀ ਮਿਟ ਜਾਂਦਾ ਹੈ। ਪਰ ਅਸਲ ਸ਼ਾਹੂਕਾਰ ਉਹ ਨੇ ਜਿਨ੍ਹਾਂ ਕੋਲ ਮਾਲਕ ਵਾਹਿਗੁਰੂ ਜੀ ਦਾ ਨਾਮ ਰੂਪੀ ਧਨ ਹੈ। ਕਿਨ ਹੀ ਬੰਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਸੰਤ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹੱਥ ਚੜ੍ਹਿਓ ਨਿਰਮੋਲਕ, ਛੂਟ ਗਈ ਸੰਸਾਰੀ। ਐਸੋ ਹੀਰਾ ਨਿਰਮਲ ਨਾਮ, ਜਾਸ ਜਪਤ ਪੂਰਨ ਸਭ ਕਾਮ, ਹਰ ਕਿਰਪਾ ਤੇ ਹਰ ਪਾਈਐ, ਜਾਂ ਆਪ ਹਰ ਕੱਲੈ। ਇਹ ਤੇ ਮਾਲਕ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਨਾਮ ਕੀ ਹੈ? ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਇੱਥੋਂ ਆਪਾਂ ਨੇ ਵਿਚਾਰ ਆਰੰਭ ਕੀਤੀ ਸੀ, ਗੱਲ ਨੂੰ ਸਮਝ ਲੈਣਾ ਹੈ, ਪਕੜ ਲੈਣਾ ਹੈ, ਨਾਮ ਹੀ ਹੁਕਮ ਹੈ। ਤੇ ਨਾਮ ਕੌਣ ਹੈ? ਨਾਮੀ ਆਪ ਵਾਹਿਗੁਰੂ। ਉਹਨੂੰ ਨਾਮ ਕਿਉਂ ਮਿਲਿਆ ਹੈ? ਉਹਦੇ ਗੁਣ ਕਰਕੇ, ਉਹਨੂੰ ਚੰਗੇ ਗੁਣਾਂ ਦੇ ਕਰਕੇ ਉਹਦਾ ਨਾਮ ਮਿਲਿਆ ਹੈ। ਤੇ ਤੇਰੇ ਅੰਦਰ ਵੀ ਇਹ ਗੁਣ ਆ ਜਾਵੇ ਕਿ ਉਸ ਰਾਮ ਨੂੰ ਤੂੰ ਸਾਰਿਆਂ ਵਿੱਚੋਂ ਵੇਖੇ, ਫਿਰ ਕਿਸੇ ਨਾਲ ਕੋਈ ਬੁਰਾਈ ਰਹਿ ਹੀ ਨਹੀਂ ਜਾਣੀ। ਉਹਨੂੰ ਰਹੀਮ ਕਹਿੰਦਾ, ਤੇਰੇ ਅੰਦਰ ਰਹਿਮ ਆ ਜਾਵੇ, ਪੈਦਾ ਹੋ ਜਾਵੇ, ਤੇ ਫਿਰ ਤੂੰ ਉਹ ਗੁਣ ਅਪਣਾ ਲਿਆ। ਇਹਦਾ ਮਤਲਬ ਉਹਦੇ ਹੁਕਮ ਨੂੰ ਮੰਨ ਲਿਆ। ਬਸ ਇਸ ਖੇਡ ਨੂੰ ਸਮਝਣਾ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਗੁਰੂ ਕਿਰਪਾ ਕਰੇ, ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ, ਦਿਓ ਅਸੀਸ ਕਥਾ ਕਰਨ ਦੀ ਜਾਚ ਆ ਜਾਵੇ। ਸਾਂਝੇ ਤੌਰ 'ਤੇ ਸਾਰਿਆਂ ਲਈ ਅਰਦਾਸ ਹੈ, ਸ੍ਰੀ ਹਰਿ ਕ੍ਰਿਸ਼ਨ ਤਿਹਾਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦੁਰ ਸਿਮਰੈ ਹਰਿ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।